ਪ੍ਰਸਾਰ ਦੇ ਉੱਤੇ ਸਾਂਝ ਪਾਉਣ ਦੇ ਵਾਸਤੇ ਪਰਮਵੀਰ ਸਿੰਘ ਬਾਠ ਹੋਰਾਂ ਦੇ ਨਾਲ ਤਾਰ ਮਲਾਈ ਹੋਈ ਹੈ। ਸੋ ਤਾਰਾਂ ਮਿਲ ਗਈਆਂ ਨੇ, ਕੁੰਡੀਆਂ ਮੇਲ ਦਿੱਤੀਆਂ ਤੇ ਹੁਣ ਆਪਾਂ ਗੱਲ ਅਗਲੀ ਸ਼ੁਰੂ ਕਰਾਂਗੇ। ਤੇ ਉਸ ਤੋਂ ਪਹਿਲਾਂ ਧੰਨਵਾਦ ਉਹਨਾਂ ਸਾਰੇ ਸੱਜਣਾਂ ਦਾ ਜਿਹੜੇ ਸਾਥ ਸਹਿਯੋਗ ਦਿੰਦੇ ਆ, ਤੇ ਬਾਈ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ, ਤੇ ਪਿੰਡ ਸਿੰਘਾਂ ਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ ਸਾਨੂੰ ਸਾਥ ਸਹਿਯੋਗ ਦੇ ਕੇ ਨਵਾਜਦੇ ਆ। ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਜਿਹੜਾ ਤੁਸੀਂ ਵੀ ਸਾਥ ਦਿੱਤਾ ਜੀ ਉਸ ਨੂੰ ਵੀ ਅਸੀਂ ਕਦੇ ਭੁੱਲ ਨਹੀਂ ਸਕਦੇ। ਤੇ ਵਟਸਐਪ ਤੁਸੀਂ ਵੀ ਸਾਥ ਦੇਣ ਲੱਗੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਆਇਆਂ ਨੂੰ ਸਵਾਗਤ। ਸ਼ੁਕਰੀਆ, ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖ਼ਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ, ਯੂਐਸਏ ਵਾਲਿਆਂ ਵੱਲੋਂ ਜੀ। ਵਟਸਐਪ ਅੱਜ ਖ਼ਬਰ ਆਈ ਹੈ ਕਿ ਪੰਜਾਬ ਨੇ ਪ੍ਰਦੂਸ਼ਣ ਘਟਾਉਣ ਦੇ ਮਾਮਲੇ ਚ ਬਾਜੀ ਮਾਰ ਲਈ, ਤੇ ਕਿਤੇ ਅੱਜ ਪੰਜਾਬੀ ਇਸੇ ਖੁਸ਼ੀ ਚ ਪਟਾਕੇ ਨਾ ਪਾਈ ਜਾਣ। ਸੁਖਨੈਪ ਜੀ, ਬੜੇ ਲੰਬੇ ਸਮੇਂ ਬਾਅਦ ਖ਼ਬਰ ਜਿਹੜੀ ਉਹ ਏਦਾਂ ਦੀ ਆਈ ਹੈ। ਨਹੀਂ ਤਾਂ ਆਮ ਤੌਰ ਤੇ ਉੱਤੇ ਸਾਡੇ ਪੱਖ ਤੋਂ ਖ਼ਬਰਾਂ ਜਿਹੜੀਆਂ ਮਾੜੀਆਂ ਰਹਿੰਦੀਆਂ, ਕਦੇ ਕੁੜੀ ਮਾਰਦਾ ਕਲੰਕ, ਕਦੇ ਪਰਾਲੀ ਸਾੜਦਾ ਕਲੰਕ, ਕਦੇ ਨਸ਼ੇ ਖਾਣ ਦਾ ਕਲੰਕ, ਕਦੇ ਪੰਜਾਬ ਦੇ ਵਿੱਚ ਰਹਿ ਕੇ ਹੱਥੀਂ ਕੰਮ ਨਾ ਕਰਨ ਦਾ ਕਲੰਕ, ਤੇ ਕਦੇ ਪੰਜਾਬੀਆਂ ਦੇ ਵਿੱਚ ਜਿਹੜੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਘਰ ਕਰ ਰਹੀਆਂ ਨੇ ਉਹਦਾ ਕਲੰਕ। ਲੱਗਦਾ ਸੀ ਕਿ 10-15 ਸਾਲਾਂ ਦੇ ਵਿੱਚ ਅਸੀਂ ਵਾਹਵਾ ਘੱਟ ਖੱਟੀ ਹੈ ਤੇ ਕਲੰਕ ਵੱਧ ਖੱਟੇ ਨੇ ਜੀ। ਉਹ ਵੱਖਰੀ ਗੱਲ ਹੈ ਕਿ ਸਾਰੇ ਕਲੰਕ ਜਿਹੜੇ ਸਾਡੇ ਤੇ ਲੱਗੇ ਆ, ਉਹਨਾਂ ਕਲੰਕਾਂ ਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਨੇ, ਸਾਜਿਸ਼ਾਂ ਕਿਹੜੀਆਂ ਨੇ, ਜਾਂ ਸਾਡੀਆਂ ਗਲਤੀਆਂ ਕਿੰਨੀਆਂ, ਉਧਰਲੇ ਪਾਸੇ ਅਸੀਂ ਜੜ੍ਹਾਂ ਤੱਕ ਖੋਲਣ ਤੇ ਗਏ ਨੀ ਜੀ। ਪਰ ਐਸੀ ਪੰਜਾਬੀਆਂ ਨੇ ਸੱਚੀ ਮੁੱਚੀ ਪੇਟ ਥਾਪੜਨ ਵਾਲਾ ਕੰਮ ਕੀਤਾ। ਐਸੀ ਜਿਸ ਤਰੀਕੇ ਦੇ ਨਾਲ ਦੀਵਾਲੀ ਦੇ ਮੌਕੇ ਤੇ ਪ੍ਰਦੂਸ਼ਣ ਹੋਣ ਦੀ ਆਸ ਸੀ, ਅਸੀਂ ਉਹਦੇ ਤੋਂ ਕਾਫੀ ਵੱਡੇ ਪੱਧਰ ਤੇ ਬਚੇ ਰਹੇ ਹਾਂ। ਮੈਂ ਅੰਕੜਿਆਂ ਦੇ ਆਧਾਰ ਉੱਤੇ ਗੱਲ ਸ਼ੁਰੂ ਕਰ ਲਈ ਹਾਂ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਏਅਰ ਕੁਆਲਿਟੀ ਇੰਡੈਕਸ ਹੈ, ਜਿਹਨੂੰ ਆਪਾਂ ਹਵਾ ਦੀ ਗੁਣਵੱਤਾ ਦਾ ਸੂਚਕ ਅੰਕ ਪੰਜਾਬੀ ਚ ਕਹਿ ਸਕਦੇ ਹਾਂ, ਉਹ ਜੇ ਤਾਂ 200 ਤੱਕ ਹੋਵੇ ਤਾਂ ਉਹਨੂੰ ਕਿਹਾ ਜਾਂਦਾ ਕਿ ਠੀਕ ਹੈ, ਮਾੜਾ ਹੁੰਦਾ, ਵੈਸੇ ਇੰਨਾ ਮਾੜਾ ਨਹੀਂ ਹੁੰਦਾ। ਜੇ 100 ਤੋਂ ਘੱਟ ਹੋਵੇ ਤਾਂ ਵਧੀਆ ਹੁੰਦਾ। ਹੁਣ 200 ਤੱਕ ਵੀ ਆਪਾਂ ਮੰਨ ਕੇ ਚੱਲਦੇ ਹਾਂ ਕਿ ਭਾਈ ਕੋਈ ਗੱਲ ਨੀ, ਇੰਨੇ ਕੁ ਨੂੰ ਸਹਿਣ ਕਰ ਲੈਂਦਾ ਬੰਦਾ, ਇੰਨਾ ਕੁ ਪ੍ਰਦੂਸ਼ਣ ਚੱਲ ਜੂ ਜੀ। ਪਰ ਆਮ ਤੌਰ ਦੇ ਉੱਤੇ 350 ਤੱਕ ਅਸੀਂ ਦੀਵਾਲੀ ਦੇ ਨੇੜੇ ਤੇੜੇ ਪਹੁੰਚ ਰਹੇ ਹਾਂ, ਜਿਹੜਾ ਕਿ ਮਨੁੱਖ ਦੀ ਸਿਹਤ ਦੇ ਲਈ ਬਹੁਤ ਹਾਨੀਕਾਰਕ ਹੁੰਦਾ ਜੀ। ਪਿਛਲੀ ਵਾਰੀ ਜਦੋਂ ਪੰਜਾਬ ਦੇ ਵਿੱਚ ਦੀਵਾਲੀ ਵਾਲੀ ਰਾਤ ਹਵਾ ਦੀ ਗੁਣਵੱਤਾ ਨੂੰ ਮਾਪਿਆ ਗਿਆ ਕਿ ਕਿੰਨੇ ਕੁ ਕਣ ਨੇ ਸਾਡੀ ਹਵਾ ਚ, ਜਿਹੜੇ ਸਾਡੇ ਪਟਾਕਿਆਂ ਦੇ ਕਰਕੇ, ਆਤਿਸ਼ਬਾਜ਼ੀਆਂ ਦੇ ਕਰਕੇ, ਫੁੱਲਚੜੀਆਂ ਦੇ ਕਰਕੇ, ਅਨਾਰਾਂ ਦੇ ਕਰਕੇ ਜੀ ਹਵਾ ਦੇ ਵਿੱਚ ਫੈਲੇ ਹੋ, ਤਾਂ ਉਹਦਾ ਇੰਡੈਕਸ ਜਿਹੜਾ 328 ਨਿਕਲਿਆ ਸੀ 200 ਦੀ ਥਾਂ ਜੀ, ਤੇ 328 ਖਤਰਨਾਕ ਸੀ। ਪਰ ਐਤਕੀ ਅਸੀਂ ਸਿਰਫ 234 ਤੇ ਟਿਕਾ ਲਿਆ, ਕਹਿਣ ਦਾ ਭਾਵ ਹੈ ਕਿ 234 200 ਦੇ ਨੇੜੇ ਤੇੜੇ ਹੀ ਹੈ ਜੀ, ਬਹੁਤੀ ਫਿਕਰਮੰਦੀ ਦੀ ਗੱਲ ਨਹੀਂ। ਇਹਦੇ ਲਈ ਸਿਰਾ ਕਿਸੇ ਲੀਡਰ ਨੂੰ ਨਹੀਂ ਦਿੱਤਾ ਜਾ ਸਕਦਾ। ਹਾਂ ਜੀ, ਸੋਸ਼ਲ ਮੀਡੀਆ ਦੀ ਅਸੀਂ ਥੋੜੀ ਬਹੁਤ ਗੱਲ ਕਰ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਅਵੇਅਰਨੈਸ ਕੰਪੇਨ ਚੱਲੀ ਜੀ, ਕੁਝ ਕੁ ਥਾਵਾਂ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਆਪਣੇ ਪੱਧਰ ਤੇ ਸੁਹਿਰਦਤਾ ਪੂਰਵਕ ਯਤਨ ਕਰਦੇ ਰਹੇ ਤੇ ਨਾਲ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਲੈ ਲਈ। ਪਰ ਇਹਦੀ ਗੱਲ ਆਪਣੇ ਆਪ ਚ ਮਹੱਤਵਪੂਰਨ ਹੈ ਕਿ ਜਿਹੜੇ ਦਿੱਲੀ ਵਾਲੇ ਪੰਜਾਬ ਨੂੰ ਹਮੇਸ਼ਾ ਉਲਾਂਭੇ ਦਿੰਦੇ ਸੀ ਕਿ ਭਾਈ ਤੁਹਾਡੀ ਫੂਕੀ ਹੋਈ ਪਰਾਲੀ ਦੇ ਕਰਕੇ ਸਾਡੀ ਦਿੱਲੀ ਦੇ ਵਿੱਚ ਧੂੰਆਂ ਬਹੁਤ ਹੁੰਦਾ, ਉਹਨਾਂ ਦੇ ਵਿੱਚ ਫਰੀਦਾਬਾਦ ਦੇ ਕੋਲ ਜਿਹੜਾ ਇੰਡੈਕਸ ਸੀ ਇਹ ਕੁਆਲਿਟੀ ਦਾ, ਉਹ 900 ਦੇ ਨੇੜੇ ਚਲਾ ਗਿਆ। ਤਾਂ ਜੇ ਅਸੀਂ 225 ਤੱਕ ਸੀਮਤ ਰੱਖ ਲਿਆ ਤੇ ਉਧਰ 900 ਤੱਕ ਕਿਉਂ ਚਲੇ ਗਿਆ? ਕਿਤੇ ਨਾ ਕਿਤੇ ਸਾਨੂੰ ਆਪਣੇ ਬਾਕੀ ਕਾਰਨਾਂ ਦੀ ਵੀ ਪੜਚੋਲ ਜਿਹੜੀ ਉਹ ਕਰ ਲੈਣੀ ਚਾਹੀਦੀ ਹੈ। ਹੁਣ ਪੰਜਾਬ ਦੇ ਵਿੱਚ ਵੀ ਜੇ ਸਭ ਤੋਂ ਵੱਧ ਪ੍ਰਦੂਸ਼ਣ ਦਾ ਸ਼ਿਕਾਰ ਕੋਈ ਸ਼ਹਿਰ ਰਿਹਾ ਤਾਂ ਉਹ ਜਲੰਧਰ ਰਿਹਾ, ਇੱਥੇ 288 ਸੀ। ਦੂਸਰਾ ਨੰਬਰ ਕੈਪਟਨ ਸਾਹਿਬ ਦੇ ਸ਼ਹਿਰ ਪਟਿਆਲੇ ਦਾ ਰਿਹਾ, 264। ਉਹਦੇ ਤੋਂ ਬਾਅਦ ਮੰਡੀ, ਗੋਬਿੰਦਗੜ੍ਹ, ਫਿਰ ਲੁਧਿਆਣਾ, ਫਿਰ ਅੰਮ੍ਰਿਤਸਰ, ਫਿਰ ਖੰਨਾ ਤੇ ਫਿਰ ਬਠਿੰਡਾ ਜੀ। ਹੁਣ ਇਹ ਗੱਲ ਆਪਣੇ ਆਪ ਚ ਇੰਪੋਰਟੈਂਟ ਹੈ ਕਿ ਇਹ ਸਾਰਾ ਕੁਝ ਉਦੋਂ ਘਟਿਆ ਵਾਪਰਿਆ ਜਦੋਂ ਦਿੱਲੀ ਦੇ ਵਿੱਚ ਗ੍ਰੀਨ ਪਟਾਕਿਆਂ ਤੋਂ ਬਿਨਾਂ ਬਾਕੀ ਪਟਾਕਿਆਂ ਦੀ ਵਿਕਰੀ ਤੇ ਪਾਬੰਦੀ ਲਾਤੀ ਸੀ ਤੇ ਉਹ ਬਹੁਤ ਸਾਰੇ ਪਟਾਕੇ 30-35% ਡਿਸਕਾਊਂਟ ਦੇ ਨਾਲ ਪੰਜਾਬ ਦੇ ਬਾਜ਼ਾਰਾਂ ਚ ਵਿਕਣ ਦੇ ਲਈ ਆ ਗਿਆ ਸੀ ਜੀ। ਇਹ ਕੰਮ ਉਸ ਵੇਲੇ ਹੋਇਆ ਜਦੋਂ ਪੰਜਾਬ ਦੇ ਵਿੱਚ ਕਿਹਾ ਜਾਂਦਾ ਸੀ ਕਿ ਬਹੁਤ ਸਾਰੇ ਲੋਕਾਂ ਨੇ ਸ਼ਾਇਦ ਦੀਵਾਲੀ ਦੇ ਮੌਕੇ ਤੇ ਹੀ ਪਰਾਲੀ ਨੂੰ ਅੱਗ ਲਾਉਣੀ ਹੈ ਕਿ ਭਾਈ ਹੋ ਸਕਦਾ ਕਿਸੇ ਦੀ ਆ ਕੇ ਆਤਿਸ਼ਬਾਜ਼ੀ ਡਿੱਗ ਪਈ ਹੋਵੇ, ਹਵਾਈ ਡਿੱਗ ਪਈ ਹੋਵੇ, ਅਸੀਂ ਥੋੜੀ ਲਾਈਏ ਉਹਦੇ ਨਾਲ ਅੱਗ ਜੀ। ਪਰ ਫਿਰ ਵੀ ਪੰਜਾਬ ਦੇ ਲੋਕ ਇਸ ਮੁੱਦੇ ਦੇ ਉੱਤੇ ਵਧੀਆ ਕੰਮ ਕਰਨ ਦੇ ਵਿੱਚ ਕਾਮਯਾਬ ਰਹੇ। ਚੰਡੀਗੜ੍ਹ ਦੇ ਵਿੱਚ ਜਿਹੜੇ ਕੁੱਲ ਮਿਲਾ ਕੇ ਇਸ ਵਾਰੀ 34 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਇਸ ਕਰਕੇ ਕੀਤਾ ਗਿਆ ਦੀਵਾਲੀ ਵਾਲੀ ਰਾਤ
क्योंकि उन्होंने सुप्रीम कोर्ट के इस हुक्म के तुम केवल शाम 8 तो लैके रात 10 बजे तक 2 घंटे ही पटाके चला सकते हो उसकी उलंघना की थी। जी। पिछले साल 58 लोग काबू किया गया सी, 5000 तो लैके 10000 जुर्माना भी किया गया। कलकत्ता दे विच 100 मामले दर्ज किए गए, 93 लोगों नू काबू किया गया। महाराष्ट्र दे विच 27 केस दर्ज होए, 7 लोग फड़े गए। गुजरात दे विच 16 केस दर्ज होए, 6 बंदियां नू हिरासत दे विच लिया गया। कि तुसीं मानयोग सुप्रीम कोर्ट दे हुक्मां दी उलंघना जिहड़ी है उह क्यों कीती। दिल्ली दे विच तकरीबन 562 मामले दर्ज किए दिवाली वाली रात हुक्मां दी उलंघना दे, 327 लोगों नू गिरफ्तार किया गया। 72 केस दिल्ली शहर के अंदर 2 नंबर दे विच बिना किसी लाइसेंस के पटाके बेचण दे केस दर्ज किए गए। तकरीबन 3.25 क्विंटल पटाके जिहड़े ने उह जब्त भी किए गए। देखो इहदे गल्लां छोटियां लग सकदियां जी, 2-400 परचे दर्ज कर दिते, पर इस वारी दे दर्ज किए गए परचे अगली वार दे उत्ते बहुत चंगा प्रभाव पाउणगे, क्योंकि सुप्रीम कोर्ट ने जो हुक्म दिते है जे उहनां नूं लागू कराउण दा यतन किया जा रहा तां फिर भाई पिट थापड़नी तां बनदी है। बाकी पंजाब दे लोकां ने ऐसी पटाके चलाए जरूर है, हुक्मां दी कितें ना कितें उलंघना भी की है, पर इहदे बावजूद भी जे असीं प्रदूषण के पद्धर नूं कुछ हद तक घटाउण दे विच पिछली वार दे मुकाबले कामयाब हुए हैं तां उम्मीद करनी चाहीदी है कि भाई असीं इस राह दे उत्ते आउण वाले समें दे विच वी लगातार चलदे रहांगे। जी वर्सल, अगली खबर दे वल निगाह मारीए तां नोटबंदी, इत्थे कांग्रेस ते बीजेपी वाले मेड़ो मेड़ी होई जांदे आ जी। सुखनैर जी, नोटबंदी नूं 2 साल होए जी, ते 2 सालां तों बाद भारतीय जनता पार्टी वाले बिलकुल चुप। कोई अखबार दे विच इश्तिहार नहीं कि असीं 2 साल पहलां जिहड़ी नोटबंदी कीती सी उहदे इन्ने लाभ हो गए, उह फैसला साडा बहुत वधिया, कोई इश्तिहार नहीं। भारतीय जनता पार्टी के किसी लीडर ने ट्वीट तक नहीं किया, भारतीय जनता पार्टी के किसी लीडर ने प्रेस कॉन्फ्रेंस तक नहीं की। जदों राहुल गांधी, डॉक्टर मनमोहन सिंह, आनंद शर्मा ते कांग्रेस पार्टी के कई होर लीडर ने केंद्र की मोदी सरकार के उत्ते नोटबंदी की दूसरी वरेगंढ के मौके के उत्ते रौला पाता कि भाई आ देख लो तुहाडे फैसले के करके लोग अज भी खजल आ, फिर बीजेपी को अगे आना पिया। साबका प्रधानमंत्री डॉक्टर मनमोहन सिंह होरां ने यह कह दिता सी कि 2 साल पहला की गई नोटबंदी के करके अज भी भारत के तकरीबन हर वर्ग, हर सूबे ते हर भाषा के लोग जिहड़े वो परेशान ने। तो डॉक्टर मनमोहन सिंह ने यह भी कहता, वो कहिंदे कि असीं उम्मीद करते हैं कि भविख दे विच प्रधानमंत्री नरेंद्र मोदी इस तरीके का फैसला लैण तों गुरेज करनगे। दूसरे पासे राहुल गांधी ने ट्वीट किया, वह कहिंदे नोटबंदी काली च कीता फैसला नहीं सी, नोटबंदी सोच समझ के कीता गया एक बहुत वड्डा षडयंत्र सी जी, एक बहुत वड्डी साजिश सी। ते इस षडयंत्र ते इस साजिश दे विच प्रधानमंत्री ने अपने सूट बूट पाउण वाले जिहड़े मित्र ने उन्हां मित्रां दे काले धन नूं चिट्टा करन दा यतन कीता, होर नोटबंदी दे विचों भारत दे लोकां नूं कख नहीं जे लभा। ते नाल उन्होंने 120 लोगों का अंकड़ा भी जारी कर दिता जिन्हां लोगों की नोटबंदी के दौरान कतारा दे विच लग के अपने पैसे लैण के दौरान मौत हो गई सी। चलो यह भी गल होगी। दूसरे पासे यह भी अपने आप दे विच महत्वपूर्ण है कि एक अंकड़ा जिहड़ा वह CMIE ने जारी किया, वह कहिंदे कि 35 लाख नौकरियां नोटबंदी तो बाद गईआं, जिहड़ी बेरोजगारी की दर तकरीबन 7% हो गई, जिहड़ी कि पिछले लंबे समय च सब तो वध है। नाल दी नाल लखां लोकां दे कारोबार तबाह होण दा जिक्र भी कांग्रेस पार्टी दे बुलारियां ने जिहड़ा वह बार बार किया। दूसरे पासे फिर सरकार की वारी आ गई, काली काली दे विच अरुण जेतली साहब ने प्रेस कॉन्फ्रेंस की, वह कहिंदे नोटबंदी मंजिल नहीं सी, नोटबंदी तां सफर की शुरुआत सी, ते उस नोटबंदी तो बाद जिहड़े बाकी स्टैप लैने आ उधरले पासे नूं कम्म जिहड़ा तुर पिया। ते नाल दी नाल उह कहिंदे कि देखो नोटबंदी दे इन्ने लाभ होए कि सानू 17.5 लाख ऐसे लोगों का पता लगा जिन्हां ने अपनी आमदन तो भी वध प्रॉपर्टी जिहड़ी उह बनाई हुई है। उन्होंने भी कहा, वह कहिंदे कि गल पक्की है कि कुछ हद तक लोग जिहड़े ने कुछ दिनों के लिए तंग हुए होणगे, पर उहदे तों बाद भारत के बहुत सारे लोगों ने यह गल जिहड़ी है वह स्पष्ट की है कि भाई असी चंगे तरीके दे नाल जिहड़ा नोटबंदी का लाभ लै रहे हैं। हुण एक पासे तां
ਜੇਤਲੀ ਸਾਹਿਬ ਕਹਿੰਦੇ ਆ ਕਿ ਪਹਿਲਾਂ 4.63 crore ਲੋਕ ਜਿਹੜੇ ਆ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸੀ, ਉਹਨਾਂ ਦੀ ਗਿਣਤੀ ਵੱਧ ਕੇ 6.85 lakh crore ਹੋ ਗਈ ਹੈ। ਇਹਦੇ ਨਾਲ ਨਾਲ ਦੂਸਰੇ ਪਾਸੇ ਉਹਨਾਂ ਨੇ ਵੀ ਕਿਹਾ ਕਿ ਟੈਕਸ ਦੀ ਕਲੈਕਸ਼ਨ ਦੇ ਵਿੱਚ ਵੀ ਇਸ ਨੋਟਬੰਦੀ ਦੇ ਕਰਕੇ ਬਹੁਤ ਵੱਡਾ ਵਾਧਾ ਹੋਇਆ। ਪਰ ਕੁੱਲ ਮਿਲਾ ਕੇ ਚਲੋ ਵਿਰੋਧੀ ਧਿਰ ਨੇ ਸਰਕਾਰ ਦੀ ਆਲੋਚਨਾ ਕਰਨੀ ਹੁੰਦੀ ਹੈ, ਸਰਕਾਰ ਨੇ ਆਪਣੀ ਪਿੱਠ ਥਾਪੜਨੀ ਹੁੰਦੀ ਹੈ, ਪਰ ਸੁਖਨੈਬ ਜੀ ਇਸ ਨੋਟਬੰਦੀ ਦੀ ਪ੍ਰਕਿਰਿਆ ਦੇ ਕਰਕੇ ਜਿਹੜੇ 3-4 ਵੱਡੇ ਵੱਡੇ ਦਾਅਵੇ ਸੀ ਕਿ ਅੱਤਵਾਦੀਆਂ ਨੂੰ ਫੰਡਿੰਗ ਖਤਮ ਹੋ ਜੂ, ਪਰ ਗਤੀਵਿਧੀਆਂ ਤੇਜ਼ ਹੋਈਆਂ ਪਈਆਂ। ਇਹ ਵੀ ਕਿਹਾ ਗਿਆ ਸੀ ਕਿ ਕੱਲੀ ਫੰਡਿੰਗ ਖਤਮ ਨਹੀਂ ਹੋਏਗੀ, ਇਹਦੇ ਨਾਲ ਨਾਲ ਜਿਹੜੀ 2 number ਦੀ ਨਕਲੀ ਕਰੰਸੀ ਹੈ ਖਤਮ ਹੋ ਜੂ। ਪਰ ਅੱਜ ਵੀ ਹੋਰ ਬਹੁਤ ਸਾਰੇ ਨੋਟਾਂ ਦੀ ਨਕਲੀ ਕਰੰਸੀ ਜਿਹੜੀ ਹੈ ਉਹ ਵੱਖ ਵੱਖ ਥਾਵਾਂ ਦੇ ਉੱਤੇ ਘੁੰਮੀ ਜਾਂਦੀ ਹੈ। ਇਹਦੇ ਨਾਲ ਨਾਲ ਦਾਅਵਾ ਇੱਕ ਇਹ ਵੀ ਕੀਤਾ ਗਿਆ ਸੀ ਕਿ ਇਸ ਪ੍ਰਕਿਰਿਆ ਦੇ ਨਾਲ ਜਿਹਨਾਂ ਲੋਕਾਂ ਨੇ 2 number ਦਾ ਪੈਸਾ ਰੱਖਿਆ ਹੋਇਆ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਪੈਸਾ ਸਰੈਂਡਰ ਕਰਨਾ ਪਊ, ਏਦਾਂ ਦੀ ਵੀ ਗੱਲ ਕੋਈ ਨੀ। ਸੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਲੀਡਰ ਨੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਭਾਸ਼ਣਾਂ ਦੇ ਵਿੱਚ ਨੋਟਬੰਦੀ ਦਾ ਬਿਲਕੁਲ ਵੀ ਜ਼ਿਕਰ ਜਿਹੜਾ ਉਹ ਨਹੀਂ ਸੀ ਕੀਤਾ, ਤੇ ਜਦੋਂ ਉਹਨਾਂ ਨੇ ਨੋਟਬੰਦੀ ਦਾ ਜ਼ਿਕਰ ਨਹੀਂ ਸੀ ਕੀਤਾ ਤੇ ਐਨ ਉਸ ਮੌਕੇ ਦੇ ਉੱਤੇ ਆ ਕੇ ਜਿਸ ਤਰੀਕੇ ਕਾਂਗਰਸ ਪਾਰਟੀ ਨੇ ਬਿਲਕੁਲ ਫੁੱਲ ਸਪੀਡ ਦੇ ਨਾਲ ਬੀਜੇਪੀ ਤੇ ਹਮਲਾ ਕੀਤਾ ਤੇ ਹੁਣ ਵੇਖਦੇ ਹਾਂ ਇਸ ਹਮਲੇ ਦਾ ਲੋਕਾਂ ਦੇ ਉੱਤੇ ਅਸਰ ਕੀ ਹੁੰਦਾ ਤੇ ਲੋਕਾਂ ਦੇ ਉੱਤੇ ਹੋਣ ਵਾਲੇ ਅਸਰ ਦੇ ਨਾਲ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੱਲ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਜਸਟੀਫਾਈ ਕਿਵੇਂ ਕਰਨਗੇ, ਨਜ਼ਰਾਂ ਇਸ ਗੱਲ ਦੇ ਉੱਤੇ ਵੀ ਟਿਕੀਆਂ ਰਹਿਣਗੀਆਂ। ਜੀ ਮੈਂ ਇੱਕ ਸਟੇਟਸ ਪੜ੍ਹ ਰਿਹਾ, ਕਹਿੰਦੇ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ। ਪਹਿਲਾਂ ਕਹਿੰਦੇ ਇਕੱਲੇ ਖੰਘਦੇ ਸੀ, ਹੁਣ ਦੇਖੋ ਮਾਹੌਲ ਇਹੋ ਜਿਹਾ, ਸਾਰੀ ਦਿੱਲੀ ਖੰਘੀ ਜਾਂਦੀ ਹੈ। ਤੇ ਆਪਨੇ ਜਿਹੜਾ ਡੈਮੇਜ ਕੰਟਰੋਲ ਸ਼ੁਰੂ ਕੀਤਾ ਜੀ, ਇਹਦਾ ਕੀ ਅਸਰ ਹੋਊਗਾ? ਦੇਖੋ ਸੁਖਰੈਬ ਜੀ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਨੂੰ ਹੁਣ ਸ਼ਾਇਦ ਸਮਝ ਆ ਗਈ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਚ ਸਸਪੈਂਡ ਕਰਨ ਤੋਂ ਬਾਅਦ। ਜਦੋਂ ਸੁਖਪਾਲ ਸਿੰਘ ਖਹਿਰਾ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਬਹੁਤ ਸਾਰੇ ਲੋਕ ਮੇਰੇ ਨਾਲ ਨੇ, ਬਹੁਤ ਸਾਰੇ ਪ੍ਰਵਾਸੀ ਮੇਰੇ ਨਾਲ ਨੇ, ਇੱਥੋਂ ਤੱਕ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਤੁਹਾਡਾ ਤਾਂ ਸੰਵਿਧਾਨ ਦੇ ਮੁਤਾਬਕ ਕੋਈ ਇੱਥੇ ਲੈਣਾ ਦੇਣਾ ਨਹੀਂ ਲੱਗਦਾ, ਸੰਵਿਧਾਨ ਦੇ ਮੁਤਾਬਕ ਜਿਹੜੀਆਂ ਤੁਸੀਂ ਕੋਰ ਕਮੇਟੀਆਂ ਬਣਾ ਕੇ ਬੈਠੇ ਹੋ ਉਹਨਾਂ ਕੋਰ ਕਮੇਟੀਆਂ ਦਾ ਵੀ ਕੋਈ ਲੈਣਾ ਦੇਣਾ ਨਹੀਂ ਲੱਗਦਾ, ਤੁਸੀਂ ਕਰੀ ਕੀ ਜਾਂਦੇ ਹੋ? ਤੁਸੀਂ ਮਾੜਾ ਮੋਟਾ ਟਿਕਾਣੇ ਤੇ ਹੱਥ ਮਾਰੋ। ਜੇ ਇਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਅਸਤੀਫੇ ਆਏ, ਖਾਸ ਤੌਰ ਤੇ ਫਤਿਹਗੜ੍ਹ ਸਾਹਿਬ ਦੇ ਵਿੱਚੋਂ ਤੁਸੀਂ ਗਿੱਦੜਬਾਹਾ ਦਾ ਜ਼ਿਕਰ ਕੀਤਾ ਸੀ, ਮੈਂ ਦੁਆਬੇ ਦਾ ਜ਼ਿਕਰ ਕੀਤਾ ਸੀ, ਉਹਨਾਂ ਅਸਤੀਫਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਸਾਹਿਬ ਵਾਲਾ ਜਿਹੜਾ ਧੜਾ ਉਹ ਤੇਜ਼ ਗਤੀ ਦੇ ਨਾਲ ਡੈਮੇਜ ਕੰਟਰੋਲ ਕਰਨ ਲੱਗ ਪਿਆ, ਨੁਕਸਾਨ ਪੂਰਤੀ ਕਰਨ ਲੱਗ ਪਿਆ। ਦੇਖੋ ਆਮ ਆਦਮੀ ਪਾਰਟੀ ਵੱਲੋਂ MLA ਬੁੱਧਰਾਮ ਸਾਹਿਬ ਜਿਹੜੇ ਆ ਕੋਰ ਕਮੇਟੀ ਦੇ ਮੁਖੀਆ, ਉਹਨਾਂ ਨੇ ਮਲਕੀਤ ਸਿੰਘ ਮੀਤੇ ਰੋਣ ਨਾਲ ਲਿਆ ਤੇ ਫਿਰ ਅੱਗੇ ਜਾ ਕੇ ਉਹਨਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਰੁੱਸੇ ਹੋਏ ਨੇ। ਸਭ ਤੋਂ ਪਹਿਲੀ ਮੁਲਾਕਾਤ ਉਹਨਾਂ ਨੇ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨ ਵਾਲੇ ਕਰਨਵੀਰ ਸਿੰਘ ਟਿਵਾਣਾ ਨਾਲ ਮੁਲਾਕਾਤ ਕੀਤੀ ਕਿ ਭਾਈ ਟਿਵਾਣਾ ਸਾਹਿਬ ਗੁੱਸੇ ਨਾ ਹੋਵੋ, ਹੁਣ ਗੁੱਸੇ ਹੋਣ ਦਾ ਸਮਾਂ ਨਹੀਂ, ਇਕੱਠੇ ਹੋਣ ਦਾ ਸਮਾਂ, ਪਾਰਟੀ ਨੂੰ ਪੈਰਾਂ ਸਿਰ ਲਿਆਉਣ ਦੇ ਲਈ ਕੰਮ ਕਰਨ ਦਾ ਸਮਾਂ। ਉਹਦੇ ਤੋਂ ਬਾਅਦ ਉਹਨਾਂ ਨੇ ਪਟਿਆਲੇ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਗਿਆਨ ਸਿੰਘ ਮੂੰਗੋ ਨਾਲ ਮੁਲਾਕਾਤ ਕੀਤੀ। ਗਿਆਨ ਸਿੰਘ ਮੂੰਗੋ ਉਹ ਲੀਡਰ ਨੇ ਜਿਹਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਬਲਵੀਰ ਸਿੰਘ ਪਟਿਆਲੇ ਵਾਲੇ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਪੰਜਾਬ ਦੇ, ਉਹਨਾਂ ਨੇ ਇਸ ਕਰਕੇ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਸੀ, ਪ੍ਰਧਾਨਗੀ ਤੋਂ ਲਾਤਾ ਸੋਰੀ, ਕਿਉਂਕਿ ਉਹਨਾਂ ਨੇ ਸੁਖਪਾਲ ਸਿੰਘ ਖਹਿਰਾ ਦਾ ਇੱਕ ਵਾਰੀ ਸਵਾਗਤ ਕਰ ਦਿੱਤਾ ਸੀ। ਹਾਲਾਂਕਿ ਉਦੋਂ ਅਜੇ ਸੁਖਪਾਲ ਸਿੰਘ ਖਹਿਰਾ ਜਿਹੜੇ ਹੈ ਉਹ ਪਾਰਟੀ ਦੇ ਅੰਦਰ ਹੀ ਸੀ, ਸਟੈਂਡ ਨਹੀਂ ਸੀ ਕੀਤੇ, ਤੇ ਉਹ ਕਹਿੰਦੇ ਜੀ ਅਸੀਂ ਮੂੰਗੋ ਸਾਹਿਬ ਨੂੰ ਉੱਪਰ ਲੈ ਕੇ ਜਾਣਾ, ਤੇ ਮੂੰਗੋ ਸਾਹਿਬ ਕਹਿੰਦੇ ਪਹਿਲਾਂ ਪ੍ਰਧਾਨਗੀ ਤੋਂ ਲਾਈਦਾ ਕਿ ਪਹਿਲਾਂ ਉੱਪਰ ਲੈ ਕੇ ਜਾਈਦਾ, ਇਹ ਵਿਵਸਥਾ ਬੜਾ ਵਧੀਆ। ਤੇ ਹੁਣ ਗਿਆਨ ਸਿੰਘ ਮੂੰਗੋ ਦੇ ਨਾਲ ਵੀ ਜਿਹੜੀ ਹੈ ਉਹ ਪ੍ਰਿੰਸੀਪਲ ਬੁੱਧਰਾਮ ਹੋਰਾਂ ਨੇ ਮੁਲਾਕਾਤ ਕਰ ਲਈ। ਇਹਦੇ ਤੋਂ ਇਲਾਵਾ ਸਮਾਣਾ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਵਾਲੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਗਤਾਰ ਸਿੰਘ ਰਾਜਲਾ ਜਿਹੜੇ ਕਿ ਪੁਰਾਣੇ ਅਕਾਲੀ ਲੀਡਰ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ। ਫਿਰ ਸਨੌਰ ਤੋਂ ਚੋਣ ਲੜਨ ਵਾਲੀ ਜਥੇਦਾਰ ਗੁਰਚਰਨ ਸਿੰਘ ਕੌੜਾ ਦੀ ਪਰਿਵਾਰਕ ਮੈਂਬਰ ਬੀਬੀ ਕੁਲਦੀਪ ਕੌਰ ਕੌੜਾ ਦੇ ਨਾਲ ਵੀ ਮੁਲਾਕਾਤ ਸੀ। ਇਹ ਸਾਰੇ ਬੰਦੇ ਉਹ ਨੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮੁੱਖ ਜਿਹੜੀ ਪੰਜਾਬ ਦੀ ਇਕਾਈ ਹੈ ਉਹਦੇ ਸਾਹਮਣੇ ਸਪਸ਼ਟ ਰੂਪ ਚ ਕਹਿਤਾ ਸੀ ਕਿ ਪਾਰਟੀ ਠੀਕ ਤਰੀਕੇ ਅੱਗੇ ਵੱਲ ਨੂੰ ਨਹੀਂ ਵਧ ਰਹੀ। ਪਹਿਲਾਂ ਇਕੱਲਿਆਂ ਇਕੱਲਿਆਂ ਨਾਲ ਮੀਟਿੰਗ ਕੀਤੀ, ਇਕੱਲਿਆਂ ਇਕੱਲਿਆਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਫਿਰ ਸਾਰਿਆਂ ਦੇ ਨਾਲ ਜਿਹੜੀ ਇਕੱਠੀ ਸਾਂਝੀ ਮੀਟਿੰਗ ਵੀ ਜਿਹੜੀ ਉਹ ਕੀਤੀ ਗਈ ਕਿ ਭਾਈ ਤੁਸੀਂ ਵੇਖੋ ਕਿ ਆਪਾਂ ਸਾਰੇ ਹੁਣ ਇਕੱਠੇ ਹੋ ਕੇ ਚੱਲੀਏ। ਹਾਲਾਂਕਿ ਪ੍ਰਿੰਸੀਪਲ ਬੁੱਧਰਾਮ ਹੋਰੀ ਕਹਿੰਦੇ ਕਿ ਅਸੀਂ ਰੁੱਸਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਬਾਕੀ ਕਹਿੰਦੇ ਅਸੀਂ ਅਜੇ ਤੱਕ ਮੰਨੇ ਨਹੀਂ ਅਸੀਂ ਆਪਣੀ ਅਸਲੀਅਤ ਦੱਸਦੀ ਹੈ ਕਿ ਭਾਈ ਪਾਰਟੀ ਦੇ ਵਿੱਚ ਸ਼ਾਮਿਲ ਕਿਉਂ ਹੋਏ ਸੀ, ਪਾਰਟੀ ਤੋਂ ਹੁਣ ਲਾਂਭੇ ਕਿਉਂ ਹੋਏ ਆ, ਬਾਕੀ ਹੁਣ ਪਾਰਟੀ ਨੇ ਵੇਖਣਾ ਕਿ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਹੈ ਉਹ ਕਿੱਧਰਲੇ ਪਾਸੇ ਨੂੰ ਤੁਰ ਕੇ ਲਿਜਾਣੀ ਹੈ। ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ
ਕਿ ਹਰਪਾਲ ਸਿੰਘ ਚੀਮਾ ਸਾਹਿਬ ਨੇ ਇਹ ਕਹਿ ਦਿੱਤਾ, ਉਹ ਕਹਿੰਦੇ ਕਿ ਜਿੰਨੇ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਤੋਂ ਬਿਨਾਂ ਪਾਰਟੀ ਦੇ ਵਿਧਾਇਕ ਉਹਨਾਂ ਦੇ ਨਾਲ ਤੁਰੇ ਹੋਏ ਆ, ਉਹਨਾਂ ਨੇ ਦਿਨ ਥੋੜੇ ਹੀ ਲਾਉਣੇ ਆ, ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਅਗਵਾਈ ਕਬੂਲ ਕੇ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਆ ਉਹ ਵਾਪਸ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਤੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਜਿਹੜਾ ਉਹ ਯਤਨ ਕਰਨਗੇ। ਦੇਖੋ ਸੁਖਨੈਬ ਜੀ, ਗੱਲ ਇਹ ਹੈ ਕਿ ਇਹ ਬੰਦੇ ਅੱਜ ਹੀ ਨਹੀਂ ਗੁੱਸੇ ਹੋਏ, ਇਹ ਬੰਦੇ ਬੜੇ ਪਹਿਲਾਂ ਦੇ ਗੁੱਸੇ ਹੋਏ ਆ। ਗਿਆਨ ਸਿੰਘ ਮੂੰਗੋ ਦਾ ਮਾਮਲਾ ਮੈਨੂੰ ਲੱਗਦਾ ਡੇਢ ਮਹੀਨਾ ਹੋ ਗਿਆ ਭਾਖੇ ਨੂੰ, ਅੱਜ ਤੱਕ ਕੋਈ ਲੀਡਰ ਗਿਆਨ ਸਿੰਘ ਮੂੰਗੋ ਦੇ ਘਰੇ ਨਹੀਂ ਸੀ ਗਿਆ, ਉਹਨਾਂ ਨੂੰ ਕੋਈ ਮਨਾਉਣ ਨਹੀਂ ਸੀ ਗਿਆ। ਤੇ ਹੁਣ ਜਦੋਂ ਪਤਾ ਲੱਗਦਾ ਸੀ ਕਿ ਭਾਈ ਇਹ ਬੰਦੇ ਕਿਤੇ ਸੁਖਪਾਲ ਸਿੰਘ ਖਹਿਰਾ ਵਾਲੇ ਧੜੇ ਦੇ ਵਿੱਚ ਸ਼ਾਮਿਲ ਨਾ ਹੋ ਜਾਣ, ਕੋਈ ਉਹੀ ਗੱਲ ਨਾ ਹੋਵੇ, ਉਦੋਂ ਡੈਮੇਜ ਕੰਟਰੋਲ ਕਰਨ ਦਾ ਚੇਤਾ ਆ ਗਿਆ। ਅਸਲ ਦੇ ਵਿੱਚ ਪਾਰਟੀ ਚ ਲਗਾਤਾਰਤਾ ਦੀ ਜਿਹੜੀ ਇੱਕ ਘਾਟ ਹੈ ਉਹਦੇ ਕਰਕੇ ਸਾਰਾ ਕੁਝ ਕਰਨਾ ਪੈ ਰਿਹਾ। ਹੁਣ ਵੇਖਦੇ ਹਾਂ ਕਿ ਦੋਵੇਂ ਧੜੇ ਇੱਕ ਦੂਜੇ ਨੂੰ ਇਸ ਵੇਲੇ ਜਿਹੜਾ ਉਹ ਠੇਡਾ ਲਾ ਕੇ ਸੁੱਟਣ ਦੇ ਯਤਨਾਂ ਦੇ ਵਿੱਚ ਨੇ, ਉਹਦੇ ਵਿੱਚ ਸਫਲ ਕੌਣ ਹੁੰਦਾ ਤੇ ਅਸਫਲ ਕੌਣ ਹੁੰਦਾ ਹੈ ਜੀ। ਤਿਵਾੜ ਸਾਹਿਬ, ਆਪਾਂ ਇਦੋਂ ਅੱਗੇ ਚੱਲੀਏ ਜੀ। ਬਾਦਲ ਨੇ ਟਕਸਾਲੀ ਆਗੂ ਹੈ ਜਿਹੜੇ ਉਹਨਾਂ ਨੂੰ ਸਲਾਹ ਦਿੱਤੀ, ਉਧਰੋਂ ਹਰਸਿਮਰਤ ਕੌਰ ਬਾਦਲ ਵੀ ਇਹਨਾਂ ਨੂੰ ਸਲਾਹਾਂ ਦੇਈ ਜਾਂਦੀ ਹੈ, ਕਹਿੰਦੀ ਮਰਜ਼ਾਦਾ ਚ ਰਹੋ। ਸੁਖਨੈਬ ਜੀ, ਬੀਤੇ ਕੱਲ ਇੱਕ ਰੌਲਾ ਰੱਪਾ ਪਿਆ ਸੀ ਕਿ ਜੀ ਜੋ ਕੁਝ ਕਹਿ ਦਿੱਤਾ ਗਿਆ ਬ੍ਰਹਮ ਮਹਿੰਦਰਾ ਸਾਹਿਬ ਦੇ ਇਲਾਕੇ ਦੇ ਵਿੱਚ ਜਾ ਕੇ ਅਧਿਆਪਕਾਂ ਵੱਲੋਂ ਕਿ ਤੁਹਾਡੀ ਸਰਕਾਰ ਠੀਕ ਨਹੀਂ, ਦੂਜੇ ਪਾਸੇ ਬ੍ਰਹਮਪੁਰਾ ਸਾਹਿਬ ਜਿਹੜੇ ਹੈ ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਭਾਈ ਉਸ ਸਰਕਾਰ ਦੀ ਗੱਲ ਤਾਂ ਬਾਅਦ ਵਿੱਚ ਕਰਾਂਗੇ, ਅਸੀਂ ਅਧਿਆਪਕਾਂ ਦੇ ਵੀ ਨਾਲ ਖੜੇ ਹਾਂ। ਤੇ ਨਾਲ ਦੀ ਨਾਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਕਿ ਹੁਣ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਤੇ ਉਹਨਾਂ ਦੇ ਜਿਹੜੇ ਬਾਪੂ ਜੀ ਨੇ ਉਹ ਵੀ ਕਈ ਮਸਲਿਆਂ ਦੇ ਉੱਤੇ ਗੁੰਮਰਾਹ ਕਰ ਰਹੇ। ਆਪਾਂ ਬ੍ਰਹਮਪੁਰਾ ਸਾਹਿਬ ਦੀ ਵੀ ਗੱਲ ਕੀਤੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਬਰਗਾੜੀ ਵਾਲੇ ਮੋਰਚੇ ਦੇ ਮੁੱਦੇ ਤੇ ਵੱਡੇ ਬਾਦਲ ਸਾਹਿਬ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਹੁਣ ਕਿੰਨੇ ਕੁ ਗੁੰਮਰਾਹ ਹੋ ਰਹੇ ਨੇ ਪੰਜਾਬ ਦੇ ਲੋਕ, ਵੱਡੇ ਬਾਦਲ ਸਾਹਿਬ ਦੀ ਗੱਲ ਸੁਣ ਕੇ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੋਊ, ਪਰ ਇੰਨੀ ਗੱਲ ਪੱਕੀ ਕਿ ਬੁੜਲਾਡੇ ਦੇ ਵਿੱਚ ਇੱਕ ਵਿਆਹ ਸਮਾਗਮ ਦੇ ਵਿੱਚ ਵੱਡੇ ਬਾਦਲ ਸਾਹਿਬ ਪੁੱਜੇ, ਪੱਤਰਕਾਰ ਪ੍ਰਤੀਕਿਰਿਆ ਉਡੀਕ ਰਿਹਾ ਸੀ ਕਿ ਬ੍ਰਹਮਪੁਰਾ ਸਾਹਿਬ ਵੱਲੋਂ ਬਰਗਾੜੀ ਵਾਲੇ ਮੁੱਦੇ ਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਾਲ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਜਿਹੜੀ ਸਿਆਸੀ ਤੌਰ ਤੇ ਖਿੱਚ ਧੂ ਕੀਤੀ ਹੈ ਉਹਦੀ ਕੋਈ ਪ੍ਰਤੀਕਿਰਿਆ ਤਾਂ ਆਵੇ, ਮਾੜਾ ਮੋਟਾ ਪ੍ਰਤੀਕਰਮ ਤਾਂ ਆਵੇ, ਆ ਕਿਉਂ ਨਹੀਂ ਰਿਹਾ? ਤੇ ਹੁਣ ਵੱਡੇ ਬਾਦਲ ਸਾਹਿਬ ਜਦੋਂ ਵਿਆਹ ਤੇ ਪਹੁੰਚੇ ਤਾਂ ਪੱਤਰਕਾਰ ਤਾਂ ਕਾਹਲੇ ਪਏ ਸੀ, ਪਤਾ ਪਹਿਲਾਂ ਲੱਗ ਗਿਆ ਸੀ ਕਿ ਵੱਡੇ ਬਾਦਲ ਸਾਹਿਬ ਨੇ ਵਿਆਹ ਸਮਾਗਮ ਚ ਹਿੱਸਾ ਲੈਣਾ। ਸਭ ਤੋਂ ਪਹਿਲਾਂ ਸਵਾਲ ਵੱਡੇ ਬਾਦਲ ਸਾਹਿਬ ਨੂੰ ਪੁੱਛਿਆ ਕਿ ਤੁਹਾਡੇ ਉੱਤੇ ਦੋਸ਼ ਲੱਗਦਾ ਬੇਅਦਬੀ ਦਾ, ਤੇ ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਦੇਖੋ ਵਿਅਕਤੀਆਂ ਨੇ ਕੀਤੀ ਹੋਏਗੀ ਬੇਅਦਬੀ, ਅਕਾਲੀ ਦਲ ਨੇ ਥੋੜੀ ਕੀਤੀ ਹੈ, ਇਹ ਤਾਂ ਕਾਂਗਰਸੀ ਸਾਨੂੰ ਬਦਨਾਮ ਕਰਨ ਤੇ ਤੁਲੇ ਹੋਏ ਨੇ। ਸਾਡਾ ਕੋਈ ਬੰਦਾ ਕਹਿੰਦੇ ਮਾੜਾ ਮੋਟਾ ਵੀ ਮਾੜਾ ਕੰਮ ਕਰੇ ਅਸੀਂ ਚੱਕ ਕੇ ਬਾਹਰ ਮਾਰਦੇ ਹਾਂ, ਇਹ ਤਾਂ ਮਸਲਾ ਹੀ ਬਹੁਤ ਵੱਡਾ ਹੈ। ਇਸ ਕਰਕੇ ਇਨਸਾਫ਼ ਅਸੀਂ ਸਾਰੇ ਹੀ ਭਾਲਦੇ ਹਾਂ ਤੇ ਉਹ ਇਨਸਾਫ ਸਮੇਂ ਸਿਰ ਤੇ ਠੀਕ ਤਰੀਕੇ ਮਿਲ ਜਾਏ ਚੰਗਾ। ਦੂਸਰਾ ਸਵਾਲ ਉਹਨਾਂ ਨੂੰ ਟਕਸਾਲੀਆਂ ਦੇ ਬਾਰੇ ਪੁੱਛਿਆ ਕਿ ਬਾਦਲ ਸਾਹਿਬ ਆ ਤੁਹਾਡੇ ਆਪਣੇ ਪੁਰਾਣੇ ਸਾਥੀ ਅਕਾਲੀ ਦਲ ਦੇ ਇੰਨੇ ਇੰਨੇ ਦਹਾਕੇ ਪੁਰਾਣੇ ਲੀਡਰ ਜਿਹੜੇ ਆ ਉਹ ਪ੍ਰੈਸ ਕਾਨਫਰੰਸਾਂ ਕਰਨ ਲੱਗ ਪਏ, ਅਸਤੀਫੇ ਦੇਣ ਲੱਗ ਪਏ, ਤੁਸੀਂ ਕਿਵੇਂ? ਉਹ ਕਹਿੰਦੇ ਦੇਖੋ ਮੈਂ ਤਾਂ ਇਹ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਜੇ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰੀ ਉਪ ਮੁੱਖ ਮੰਤਰੀ ਬਣਿਆ ਨਾ ਪਾਰਟੀ ਦੇ ਕਰਕੇ ਬਣਿਆ, ਪ੍ਰਕਾਸ਼ ਸਿੰਘ ਬਾਦਲ ਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਮੁੱਖ ਮੰਤਰੀ ਬਣ ਸਕਦੇ। ਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਕਿਹਾ, ਉਹ ਕਹਿੰਦੇ ਕਿ ਜਿਹੜੇ ਟਕਸਾਲੀ ਅੱਜ ਪਾਰਟੀ ਦੀ ਬਦਖੋਈ ਕਰ ਰਹੇ ਆ ਕਾਰਨ ਭਾਵੇਂ ਕੋਈ ਵੀ ਹੋਵੇ, ਮੈਂ ਉਹਨਾਂ ਨੂੰ ਨਸੀਹਤ ਦਿੰਦਾ ਕਿ ਪਾਰਟੀ ਦਾ ਮਸਲਾ ਪਾਰਟੀ ਦੇ ਪਲੇਟਫਾਰਮ ਤੇ ਵਿਚਾਰੋ, ਪਾਰਟੀ ਵੱਡੀ ਹੁੰਦੀ ਹੈ ਬੰਦਾ ਵੱਡਾ ਨਹੀਂ ਹੁੰਦਾ। ਤੇ ਨਾਲ ਦੀ ਨਾਲ ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਯਤਨ ਕਰਾਂਗੇ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਦੇ ਬੰਦੇ ਮਾੜੇ ਮੋਟੇ ਗੁੱਸੇ ਹੋਏ ਨੇ ਉਹਨਾਂ ਗੁੱਸੇ ਹੋਏ ਬੰਦਿਆਂ ਨੂੰ ਮਨਾ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਦੁਬਾਰਾ ਲੈ ਆਈਏ। ਤੇ ਹੁਣ ਜਦੋਂ ਨਸੀਹਤ ਹੀ ਦੇ ਦਿੱਤੀ, ਹੋਰ ਕੋਈ ਗੱਲਬਾਤ ਜਿਹੜੀ ਹੈ ਉਹ ਕੀਤੀ ਨਾ, ਵੱਡੇ ਬਾਦਲ ਸਾਹਿਬ ਨੇ ਇਹ ਕਹਿ ਦਿੱਤਾ ਕਿ ਭਾਈ ਉਹਨਾਂ ਨੂੰ ਕਹੋ ਕਿ ਠੀਕ ਤਰੀਕੇ ਸਾਰਾ ਕੰਮ ਕਰ ਅੱਗੇ ਨੂੰ ਕਰਨ, ਪਾਰਟੀ ਦੇ ਖਿਲਾਫ਼ ਨਾ ਬੋਲਣ। ਟਕਸਾਲੀਆਂ ਦੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਬੰਦਾ ਇਕੱਲਾ ਵੱਡਾ ਨਹੀਂ ਹੁੰਦਾ, ਪਾਰਟੀ ਵੱਡੀ ਹੁੰਦੀ ਹੈ। ਸੋ ਵੇਖਦੇ ਹਾਂ ਕਿ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਵੱਡੇ ਬਾਦਲ ਸਾਹਿਬ ਨੇ ਬੁਢਲਾਡੇ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਆ ਕੇ ਕਰ ਦਿੱਤੀਆਂ, ਉਹਨਾਂ ਗੱਲਾਂ ਬਾਤਾਂ ਦਾ ਅਸਰ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀਆਂ ਦੇ ਉੱਤੇ ਹੁੰਦਾ ਕੀ ਹੈ। ਵੈਸੇ ਇੰਨੀ ਗੱਲ ਪੱਕੀ ਹੈ ਕਿ ਕੱਲ੍ਹ ਦੁਪਹਿਰ ਤੱਕ ਸੁਖਨੈਬ ਜੀ ਮਾਝੇ ਦਾ ਇੱਕ ਹੋਰ ਵੱਡਾ ਅਕਾਲੀ ਲੀਡਰ ਜਿਹੜਾ ਅਕਾਲੀ ਦਲ ਦੀ ਟਿਕਟ ਦੇ ਉੱਤੇ MLA ਵੀ ਰਹਿ ਚੁੱਕਿਆ, ਸਾਰੇ ਉਹੀ ਨੁਕਤੇ ਚੁੱਕੇ, ਉਹੀ ਮੁੱਦੇ ਚੁੱਕੇ ਜਿਹੜੇ ਕਿ ਪਹਿਲਾਂ ਸੇਵਾ ਸਿੰਘ ਸੇਖਵਾਂ ਨੇ ਤੇ ਉਹਦੇ ਤੋਂ ਬਾਅਦ ਹੁਣ ਜੇ ਦੇਖ ਲਈਏ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਚੁੱਕੇ ਸੀ, ਉਦਾਂ ਦੇ ਮੁੱਦੇ ਹੀ ਜਿਹੜੇ ਆ ਚੁੱਕੇ, ਹੋਰ ਅਸਤੀਫਾ ਹੋਣ ਜਾ ਰਿਹਾ। ਦੇਖਦੇ ਹਾਂ ਕਿ ਅਸਤੀਫੇ ਤੋਂ ਪਹਿਲਾਂ ਪਹਿਲਾਂ ਡੈਮੇਜ ਕੰਟਰੋਲ ਕਰਨ ਦੇ ਵਿੱਚ ਅਕਾਲੀ ਦਲ ਸਫਲ ਹੁੰਦਾ ਹੈ ਜਾਂ ਨਹੀਂ ਜੀ। ਤੇ ਕਾਂਗਰਸ ਤੇ ਭਾਜਪਾ ਨੇ ਅਮੀਰਾਂ ਨੂੰ ਵੀ ਟਿਕਟਾਂ ਦਿੱਤੀਆਂ ਜੀ ਮੱਧ ਪ੍ਰਦੇਸ਼ ਦੇ ਵਿੱਚ। ਸੁਖਨੈਬ ਜੀ ਕਮਾਲ ਹੀ ਹੋਈ ਪਈ ਹੈ, ਦੇਖੋ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ,
ਤੇ ਇਹਨਾਂ ਪੰਜ ਸੂਬਿਆਂ ਦੇ ਵਿੱਚ ਮੱਧ ਪ੍ਰਦੇਸ਼ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਉੱਥੇ 15 ਸਾਲ ਹੋ ਗਏ ਭਾਰਤੀ ਜਨਤਾ ਪਾਰਟੀ ਦਾ ਰਾਜ ਹੈ। ਸ਼ਿਵਰਾਜ ਸਿੰਘ ਚੌਹਾਨ ਉੱਥੇ ਮੁੱਖ ਮੰਤਰੀ ਨੇ ਤੇ ਐਤਕੀ ਸ਼ਿਵਰਾਜ ਸਿੰਘ ਚੌਹਾਨ ਕਹਿੰਦੇ ਕਿ ਮੈਂ ਇੱਕ ਵਾਰੀ ਫਿਰ ਪਾਰਟੀ ਨੂੰ ਜਿਤਾਊਂਗਾ, ਭਾਜਪਾ ਨੂੰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਾਊਂਗਾ ਕਿਉਂਕਿ ਜਿੰਨੇ ਮੈਂ ਕੰਮ ਕੀਤੇ ਆ ਲੋਕ ਸੂਬੇ ਦੇ ਮੇਰੇ ਨਾਲ। ਦੂਸਰੇ ਪਾਸੇ ਕਾਂਗਰਸ ਪਾਰਟੀ ਵਾਲੇ ਕਹਿੰਦੇ ਆ ਕਿ ਏਦਾਂ ਕਦੇ ਹੋ ਹੀ ਨਹੀਂ ਸਕਦਾ, ਤੁਹਾਡੇ ਰਾਜ ਦੇ ਵਿੱਚ ਜੋ ਕਿਸਾਨਾਂ ਨਾਲ ਹੋਈ ਹੈ, ਮਜ਼ਦੂਰਾਂ ਨਾਲ ਹੋਈ ਹੈ, ਬੇਰੁਜ਼ਗਾਰਾਂ ਨਾਲ ਹੋਈ ਹੈ, ਉਹਨਾਂ ਕਿਤੇ ਭੁੱਲ ਜਾਣਾ, ਕਦੇ ਨਹੀਂ ਭੁੱਲਣਾ। ਇਸ ਕਰਕੇ ਸ਼ਿਵਰਾਜ ਸਿੰਘ ਚੌਹਾਨ ਜੀ ਸਮਾਨ ਸੂਨ ਬਣਨਾ ਸ਼ੁਰੂ ਕਰੋ, ਵਿਧਾਨ ਸਭਾ ਦੀਆਂ ਚੋਣਾਂ ਦੇ ਜਿਸ ਦੇ ਨਤੀਜੇ ਆਉਣਗੇ ਸਰਕਾਰ ਸਾਡੀ ਪਾਰਟੀ ਦੀ ਹੋਏਗੀ। ਹੁਣ ਜਿਹੜੇ ਕੁਝ ਉਮੀਦਵਾਰ ਜਿਹਨਾਂ ਦੀ ਗਿਣਤੀ ਤਕਰੀਬਨ 200-250 ਬਣਦੀ ਹੈ, ਉਹਨਾਂ 200-250 ਉਮੀਦਵਾਰਾਂ ਦੇ ਨੋਮੀਨੇਸ਼ਨ ਪੇਪਰ ਜਦੋਂ ਫਾਈਲ ਹੋਏ ਤੇ ਨਾਲ ਜਿਹੜੇ ਐਫੀਡੈਵਿਟ ਦਿੱਤੇ ਸੀ ਉਹਦੇ ਆਧਾਰ ਦੇ ਉੱਤੇ ਇੱਕ ਅੰਕੜਾ ਕੱਢਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਦੋਵਾਂ ਨੂੰ ਸਧਾਰਨ ਨਿਮਨ ਵਰਗੀ ਮੱਧ ਵਰਗੀ ਲੀਡਰਾਂ ਦੀ ਲੋੜ ਹੀ ਕੋਈ ਨੀ। ਉਹ ਕਦੇ ਭਰੋਸਾ ਹੀ ਨੀ ਕਰਦੇ ਕਿ ਭਾਈ ਜਿਹਨਾਂ ਦੇ ਕੋਲ ਪੈਸਾ ਤੇ ਲਾਈਫ ਪੂਰਾ ਨਹੀਂ ਤੇ ਜੇ ਹਵੀ ਨਵੀ ਹੋ ਜਾਂਦੀ ਹੈ ਕਰੋ ਜਾਂ ਮਰੋ ਵਾਲੀ ਸਥਿਤੀ ਹੁੰਦੀ ਹੈ ਤਾਂ ਫਿਰ ਕੰਮ ਜਿਹੜਾ ਉਹ ਤੋਰਿਆ ਕਿਵੇਂ ਜਾਊ। ਕਰੋੜਪਤੀ ਲੋਕਾਂ ਨੂੰ ਟਿਕਟਾਂ ਵੰਡਣ ਦੇ ਵਿੱਚ ਦੋਵੇਂ ਵੱਡੀਆਂ ਪਾਰਟੀਆਂ ਕਾਹਲੀਆਂ ਰਹੀਆਂ। ਭਾਜਪਾ ਨੇ ਇਸ ਵੇਲੇ ਜਿੰਨੇ ਉਮੀਦਵਾਰ ਐਲਾਨੇ ਆ ਉਹਦੇ ਵਿੱਚੋਂ 71% ਉਮੀਦਵਾਰ ਜਿਹੜੇ ਹੈ ਕਰੋੜਪਤੀ ਨੇ, ਕਾਂਗਰਸ ਦੇ 72% ਉਮੀਦਵਾਰ ਕਰੋੜਪਤੀ ਨੇ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜਦੋਂ 71-72% ਉਮੀਦਵਾਰ ਜਿਹੜੇ ਹੈ ਆਪ ਦੱਸਦੇ ਆ ਕਿ ਅਸੀਂ ਕਰੋੜਪਤੀ ਹਾਂ ਤਾਂ ਇਹਦਾ ਮਤਲਬ ਹੈ ਕਿ ਭਾਵੇਂ ਸੂਬੇ ਦੇ ਲੋਕ ਕੋਈ ਬਹੁਤ ਵੱਡੀ ਆਸ, ਕੋਈ ਬਹੁਤ ਵੱਡੀ ਉਮੀਦ ਲਾ ਕੇ ਬੈਠੇ ਹੋਣਗੇ ਕਿ ਭਾਈ ਸਰਕਾਰ ਬਦਲੂ ਤਾਂ ਕੰਮ ਸੂਤ ਆਜੂ, ਸਰਕਾਰ ਬਦਲੂ ਤੇ ਸ਼ਾਇਦ ਸਾਡੇ ਦੁੱਖ ਤੇ ਦਰਦ ਜਿਹੜੇ ਹੈ ਉਹ ਕਿਤੇ ਸੱਜੇ ਖੱਬੇ ਹੋ ਜਾਣਗੇ, ਪਰ ਸੰਭਾਵਨਾ ਇੱਦਾਂ ਦੀ ਕੋਈ ਨਹੀਂ। ਹੁਣ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਤੇ ਮੁਕਾਬਲਾ ਵੀ ਉੱਥੇ ਦੋ ਧਿਰੀ ਹੋਣਾ। ਹਾਲਾਂਕਿ ਬਸਪਾ ਨੇ, ਸ਼ਿਵ ਸੈਨਾ ਨੇ ਆਪਣੇ ਉਮੀਦਵਾਰ ਜਿਹੜੇ ਉੱਥੇ ਖੜੇ ਕੀਤੇ ਆ, ਪਰ ਉਹ ਉਮੀਦਵਾਰ ਕਿਸੇ ਤਾਂ ਪਤਾ ਲੱਗਣ ਜੋਗੇ ਨੇ। ਪਿਛਲੀ ਵਾਰ 2013 ਦੇ ਵਿੱਚ ਜਦੋਂ ਅਸੈਂਬਲੀ ਚੋਣਾਂ ਹੋਈਆਂ ਕੁੱਲ ਬਣਾ ਕੇ 350 ਉਮੀਦਵਾਰ ਜਿਹੜੇ ਨੇ ਉਹ ਉਮੀਦਵਾਰ ਕਰੋੜਪਤੀ ਸੀ, ਭਾਜਪਾ ਦੇ 86, ਕਾਂਗਰਸ ਦੇ 49 ਤੇ ਬਸਪਾ ਦੇ 6। ਔਸਤਨ ਹਰ ਇੱਕ ਉਮੀਦਵਾਰ ਦੀ ਪ੍ਰੋਪਰਟੀ ਜਿਹੜੀ ਹੈ ਤਕਰੀਬਨ 5 ਕਰੋੜ ਰੁਪਏ ਦੀ ਬਣਦੀ ਸੀ ਤੇ ਐਤਕੀ ਲੱਗਦਾ ਕਿ ਗ੍ਰਾਫ ਭੋਰਾ ਉਹਦੇ ਨਾਲ ਵੀ ਉੱਪਰ ਨਹੀਂ ਚਲੇ ਗਿਆ। ਦੂਸਰਾ, ਦੋਵਾਂ ਪਾਰਟੀਆਂ ਨੇ, ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨਾਲ ਵਾਅਦੇ ਭਾਵੇਂ ਬਹੁਤ ਸਾਫ਼ ਸੁਥਰੇ ਕਾਗਜ਼ ਦੇ ਉੱਤੇ ਲਿਖ ਲਿਖ ਕੇ ਕੀਤੇ ਹੋਣੇ ਆ, ਪਰ ਅਸਲ ਦੇ ਵਿੱਚ ਇਹਨਾਂ ਨੇ ਸਾਫ਼ ਕਿਰਦਾਰਾਂ ਵਾਲੇ ਬੰਦਿਆਂ ਨੂੰ ਵੱਖੀਆਂ ਟਿਕਟਾਂ ਨਹੀਂ ਦਿੱਤੀਆਂ। ਐਤਕੀ ਭਾਜਪਾ ਦੇ ਮੁਕਾਬਲੇ ਕਾਂਗਰਸ ਪਾਰਟੀ ਦੇ ਵਿੱਚ ਦਾਗੀ ਬੰਦਿਆਂ ਨੂੰ ਟਿਕਟਾਂ ਵੱਧ ਦਿੱਤੀਆਂ ਗਈਆਂ। ਭਾਜਪਾ ਦੇ 36 ਉਮੀਦਵਾਰ ਐਸੇ ਨੇ ਜਿਹਨਾਂ ਦੇ ਵਿਰੁੱਧ ਅਪਰਾਧਿਕ ਮਾਮਲੇ ਦਰਜ ਆ ਤਾਂ ਫਿਰ ਵੀ ਪਾਰਟੀ ਟਿਕਟਾਂ ਦੇਗੀ। ਕਾਂਗਰਸ ਦੇ 67 ਉਮੀਦਵਾਰ ਐਸੇ ਨੇ ਜਿਹਨਾਂ ਦੇ ਵਿਰੁੱਧ ਵੱਖ ਵੱਖ ਮਸਲਿਆਂ ਦੇ ਵਿੱਚ ਕੇਸ ਬਣੇ ਹੋਏ ਨੇ। ਇਸ ਕਰਕੇ ਇਹ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜੇ ਇਸ ਸੂਬੇ ਵਿੱਚੋਂ ਬੀਜੇਪੀ ਨੇ 22% ਤੇ ਕਾਂਗਰਸ ਨੇ 41% ਅਪਰਾਧਾਂ ਦਾ ਸਾਹਮਣਾ ਕਰ ਰਹੇ ਜਿਹੜੇ ਲੋਕ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ, ਤਾਂ ਫਿਰ ਨਤੀਜਾ ਕਿਹੋ ਜਿਹਾ ਨਿਕਲੇਗਾ, ਹਾਲਾਤ ਕਿਹੋ ਜਿਹਾ ਬਣਨਗੇ, ਲੋਕਾਂ ਦਾ ਭਲਾ ਕਿੰਨਾ ਕੁ ਹੋਏਗਾ। ਮੰਦਸੌਰ ਇਸੇ ਮੱਧ ਪ੍ਰਦੇਸ਼ ਦਾ ਜ਼ਿਲ੍ਹਾ, ਉਸ ਮੰਦਸੌਰ ਦੇ ਵਿੱਚ ਸੁਖਨਾਬ ਜੀ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨਾਂ ਨੇ ਬਹੁਤ ਆਤਮ ਹੱਤਿਆਵਾਂ ਕੀਤੀਆਂ ਤਾਂ ਉੱਥੋਂ ਇੱਕ ਕਿਸਾਨ ਅੰਦੋਲਨ ਉੱਠਿਆ ਸੀ। ਕਿਸਾਨਾਂ ਨੂੰ ਲਾਹਾ ਤਾਂ ਕੀ ਦੇਣਾ ਸੀ, ਕਿਸਾਨਾਂ ਦੇ ਉੱਤੇ ਪੁਲਿਸ ਨੇ ਗੋਲੀਆਂ ਚਲਾਈਆਂ, 5-6 ਬੰਦੇ ਥਾਂ ਫੜਕਾ ਕੇ ਰੱਖ ਦਿੱਤੇ ਸੀ, ਮਾਰ ਦਿੱਤੇ ਸੀ। ਤੇ ਹੁਣ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਸਾਨੂੰ ਚੰਗੇ ਲੀਡਰਾਂ ਦੀ ਲੋੜ ਸੀ, ਸਾਨੂੰ ਵਧੀਆ ਲੀਡਰਾਂ ਦੀ ਲੋੜ ਸੀ, ਅਮੀਰ ਜਾਂ ਗਰੀਬ ਦਾ ਫਰਕ ਕੋਈ ਨਹੀਂ ਸੀ। ਪਰ ਹਾਲ ਦੀ ਘੜੀ ਪੁਰਾਣੀ ਕਿਸਮ ਦੇ ਲੀਡਰਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਉਹਦੇ ਕਰਕੇ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਇੱਕ ਸਮੇਂ ਜਿੱਤੀ ਹੋਈ ਮਹਿਸੂਸ ਹੁੰਦੀ, ਇੱਕ ਬਿਲਕੁਲ ਜਿੱਤ ਹੈ, ਉਹ ਹੁਣ ਇੱਕ ਵਾਰੀ ਫਿਰ ਸਿਆਸੀ ਤੌਰ ਤੇ ਚਿੱਕੜ ਦੇ ਵਿੱਚ ਫਸ ਜ਼ਰੂਰ ਸਕਦੀ ਹੈ। ਜੀ ਬਾਟ ਸਾਹਿਬ, ਇੱਕ ਬ੍ਰੇਕ ਲੈ ਲਈਏ, ਆਪਾਂ ਬ੍ਰੇਕ ਤੋਂ ਬਾਅਦ ਅਗਲੀ ਗੱਲਬਾਤ ਨੂੰ ਐਵੇਂ ਹੀ ਜਾਰੀ ਰੱਖਾਂਗੇ। ਜੀ ਲਓ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਮਿਲ ਗਏ। ਤੇ ਵਟ ਸਾਹਿਬ, ਅਰਵਿੰਦ ਕੇਜਰੀਵਾਲ ਹੋਰਾਂ ਨੇ ਹਰਿਆਣੇ ਚ ਪੂਰਾ ਹੀ ਜ਼ੋਰ ਤਾਣ ਲਾਤਾ ਜੀ, ਰਾਜਸਥਾਨ ਚ ਵੀ ਉਮੀਦਵਾਰ ਲਾਉਣ ਤੇ। ਸੁਖਨਾਬ ਜੀ, ਬਸ ਹੁਣ ਪੰਜਾਬ ਵੱਲ ਹੀ ਧਿਆਨ ਨੇ ਜੀ। ਰਾਜਸਥਾਨ ਦੇ ਵਿੱਚ ਤਕਰੀਬਨ ਹੁਣ 98 ਉਮੀਦਵਾਰਾਂ ਦੀ ਲਿਸਟ ਮੈਨੂੰ ਲੱਗਦਾ ਸੀ ਕਿ ਫਾਈਨਲ ਹੋ ਗਈ ਆ, ਵਿੱਚੋਂ 82-83 ਉਮੀਦਵਾਰਾਂ ਦਾ ਤਾਂ ਐਲਾਨ ਪਹਿਲੇ ਹੋ ਚੁੱਕਿਆ ਜੀ। ਅਜੇ ਕੁਝ ਦਿਨ ਹੈਗੇ ਆ, 100-100 ਦੇ ਕਰੀਬ ਮੈਨੂੰ ਲੱਗਦਾ ਬੰਦੇ ਖੜੇ ਕਰ ਦੇਣਗੇ, ਵੱਧ ਵੀ ਹੋ ਸਕਦੇ, ਕਿਉਂਕਿ ਜਿਹੜੇ ਪਾਰਟੀ 400 ਸੀਟਾਂ ਤੋਂ ਵੱਧ
ਉਹ ਲੋਕ ਸਭਾ ਦੀਆਂ ਚੋਣਾਂ ਲੜ ਸਕਦੀ ਹੈ ਤੇ ਰਾਜਸਥਾਨ ਦੀਆਂ 200 ਵਿਧਾਨ ਸਭਾ ਸੀਟਾਂ ਦੇ ਉੱਤੇ ਤਾਂ ਉਮੀਦਵਾਰ ਖੜੇ ਕਰ ਹੀ ਸਕਦੇ। ਜਿੱਤਣ ਦੀ ਤਾਂ ਕੋਈ ਸ਼ਰਤ ਨਹੀਂ ਰੱਖੀ ਹੋਣੀ ਜੀ। ਨਹੀਂ ਇਹ ਤਾਂ ਗੱਲ ਹੁਣ ਦੇਖੋ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਢਾਂਚਾ ਬਹੁਤਾ ਦਰੁਸਤ ਨਹੀਂ ਸੀ ਤਾਂ ਫਿਰ ਉੱਥੇ ਟਿਕਟਾਂ ਕਿਵੇਂ ਵੰਡੀਆਂ ਹੋਣਗੀਆਂ ਤੇ ਕੀ ਹਾਲਾਤ ਹੋਏ ਹੋਣਗੇ। ਹਾਲਾਂਕਿ ਇੰਨੀ ਗੱਲ ਜ਼ਰੂਰ ਹੈ ਮੈਨੂੰ ਉੱਥੇ ਖਾਤਾ ਖੁੱਲਣਾ ਰਾਜਸਥਾਨ ਦੇ ਵਿੱਚ ਔਖਾ ਲੱਗਦਾ। ਹੋ ਸਕਦਾ ਕਿ ਇਹ ਗੱਲ ਕਿਸੇ ਨੂੰ ਮਾੜੀ ਲੱਗੇ ਪਰ ਜੋ ਹਾਲਾਤ ਨੇ ਰਾਜਸਥਾਨ ਦੇ ਜਿਹੋ ਜਿਹੀਆਂ ਰਿਪੋਰਟਾਂ ਆ ਰਹੀਆਂ ਨੇ ਉਹਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਪਾਸੇ ਮੁਕਾਬਲੇ ਦੇ ਵਿੱਚ ਖੜਦੀ ਨਜ਼ਰ ਨਹੀਂ ਆ ਰਹੀ। ਹੁਣ ਦੂਸਰੇ ਪਾਸੇ ਹਰਿਆਣਾ, ਹਰਿਆਣਾ ਕੇਜਰੀਵਾਲ ਸਾਹਿਬ ਦਾ ਆਪਣਾ ਸੂਬਾ, ਉੱਥੇ ਸਾਲ ਦੇ ਵਿੱਚ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, ਹੋ ਸਕਦਾ ਕਿ 8-9 ਮਹੀਨਿਆਂ ਦੇ ਵਿੱਚ ਵਿੱਚ ਜਦੋਂ ਲੋਕ ਸਭਾ ਦੀ ਚੋਣ ਹੋਵੇ ਉਹਦੇ ਨਾਲ ਹੀ ਕਰਾਤੀਆਂ ਜਾਣ। ਇਸ ਵੇਲੇ ਕੇਜਰੀਵਾਲ ਸਾਹਿਬ ਦਾ ਬਹੁਤ ਵੱਡਾ ਧਿਆਨ ਜਿਹੜਾ ਉਹ ਹਰਿਆਣੇ 'ਚ ਲੱਗਿਆ। ਪਿਛਲੇ ਦਿਨੀ ਉਹਨਾਂ ਨੇ ਹਫ਼ਤੇ 'ਚ 2-2 ਗੇੜੇ ਵੀ ਹਰਿਆਣੇ ਦੇ ਮਾਰੇ। ਇਹ ਵੀ ਕਈ ਵਾਰੀ ਉਹਨਾਂ ਨੇ ਕਿਹਾ, ਆ ਚੰਡੀਗੜ੍ਹ ਦੇ ਵਿੱਚ ਆਏ ਸੀ ਉਹ 1 ਨਵੰਬਰ ਨੂੰ, ਉਦੋਂ ਵੀ ਕਹਿ ਗਏ ਜੀ ਆ ਪੰਜਾਬ ਦੇ ਲੋਕ ਜਿਹੜੇ ਨੇ ਉਹਨਾਂ ਨੇ ਤਾਂ ਪਤਾ ਨੀ ਕੀ ਕੀਤਾ ਵੋਟਾਂ ਪਾ ਕੇ ਫੈਸਲਾ। ਹਰਿਆਣੇ ਦੇ ਲੋਕ ਜਿਹੜੇ ਆ ਚੇਤੇ ਰੱਖਣ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜਿਹੜਾ ਵਿਕਾਸ ਕੀਤਾ ਵਿਕਾਸ ਕੀਤਾ ਵਿਕਾਸ ਕੀਤਾ ਦੀ ਰਟਵਾਈ ਉਹ ਹੈ ਨਾ, ਉਹ ਗਲਤ ਰਟ ਹੈ। ਉਹ ਕਹਿੰਦੇ ਵਿਕਾਸ ਏਦਾਂ ਨੀ ਹੁੰਦਾ, ਵਿਕਾਸ ਜੇ ਤੁਸੀਂ ਵੇਖਣਾ ਨਾ ਤਾਂ ਸਾਡੀ ਦਿੱਲੀ ਆਓ, ਅਸੀਂ ਤੁਹਾਨੂੰ ਸਰਕਾਰੀ ਸਕੂਲ ਵੀ ਵਿਖਾਉਂਦੇ ਹਾਂ, ਸਰਕਾਰੀ ਡਿਸਪੈਂਸਰੀ ਵਿਖਾਉਂਦੇ ਹਾਂ, ਸਰਕਾਰੀ ਹਸਪਤਾਲ ਵੀ ਵਿਖਾਉਂਦੇ ਹਾਂ, ਉਹਨਾਂ ਦੇ ਵਿੱਚ ਕੰਮ ਕਾਰ ਕਿਵੇਂ ਚੱਲਦਾ, ਅਸੀਂ ਹਰ ਇੱਕ ਚੀਜ਼ ਜਿਹੜੀ ਹੈ ਉਹ ਤੁਹਾਨੂੰ ਸਪਸ਼ਟ ਰੂਪ ਦੇ ਵਿੱਚ ਜਿਹੜੀ ਹੈ ਉਹ ਦੱਸਾਂਗੇ। ਚਲੋ ਇਹ ਵੀ ਗੱਲ ਕਲੀਅਰ ਹੋ ਗਈ। ਹੁਣ ਉਹਦੇ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਜਾ ਕੇ ਕਿਹਾ ਕਿ ਹਰਿਆਣੇ ਦਾ ਬੇੜਾ ਗਰਕ ਕਰਤਾ। ਇੱਕ ਵਾਰੀ ਫਿਰ ਅਰਵਿੰਦ ਕੇਜਰੀਵਾਲ ਸਾਹਿਬ ਨੇ ਅੱਜ ਇੱਕ ਪ੍ਰੈਸ ਨੋਟ ਜਾਰੀ ਕੀਤਾ ਤੇ ਸਿੱਧੇ ਤੌਰ ਦੇ ਉੱਤੇ ਹਰਿਆਣੇ ਦੇ ਮੁੱਖ ਮੰਤਰੀ ਜਿਹੜੇ ਨੇ ਮਨੋਹਰ ਲਾਲ ਖੱਟਰ ਉਹਨਾਂ ਨੂੰ ਕਿਹਾ ਕਿ ਦੇਖੋ ਜੀ ਮੈਂ 12 ਤਰੀਕ ਨੂੰ ਆਉਣਾ ਹੈ, ਆਹ 5-4 ਪਿੰਡ ਨੇ ਹਰਿਆਣੇ ਦੇ, ਮੈਂ ਉਹਨਾਂ ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਦਾ ਦੌਰਾ ਕਰਨਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਹਰਿਆਣੇ ਦੇ ਮੁੱਖ ਮੰਤਰੀ ਹੋ, ਮੈਂ ਦਿੱਲੀ ਦਾ ਮੁੱਖ ਮੰਤਰੀ, ਜੇ ਹੋ ਸਕੇ ਟਾਈਮ ਕੱਢੋ ਤਾਂ ਮੈਨੂੰ ਆਪ ਇਹਨਾਂ ਪਿੰਡਾਂ ਦੀਆਂ ਸਰਕਾਰੀ ਡਿਸਪੈਂਸਰੀਆਂ ਜਿਹੜੀਆਂ ਨੇ ਤੁਸੀਂ ਵਿਖਾ ਕੇ ਲਿਆਓ। ਮੈਂ ਵੇਖਣਾ ਚਾਹੁੰਦਾ ਕਿ ਸਾਡੇ ਮੁਹੱਲਾ ਕਲੀਨਿਕ ਤੇ ਹਰਿਆਣੇ ਦੀਆਂ ਜਿਹੜੀਆਂ ਸਰਕਾਰੀ ਡਿਸਪੈਂਸਰੀਆਂ ਨੇ ਉਹਨਾਂ ਦੇ ਵਿੱਚ ਫਰਕ ਕਿੰਨਾ ਕੁ ਹੈ, ਤੁਸੀਂ ਸਰਵਿਸ ਲੋਕਾਂ ਨੂੰ ਕਿਵੇਂ ਨੀ ਦਿੰਦੇ ਹੋ, ਮੈਂ ਸਰਵਿਸ ਲੋਕਾਂ ਦੀ ਕਿਵੇਂ ਨੀ ਦਿੰਦਾ। ਹਾਲਾਂਕਿ ਇਹ ਗੱਲ ਬਿਲਕੁਲ ਸਾਫ਼ ਤੇ ਸਪਸ਼ਟ ਹੈ ਕਿ ਜਿਹੜੇ ਪਿੰਡਾਂ ਦੀਆਂ ਜਿਹੜੀਆਂ ਡਿਸਪੈਂਸਰੀਆਂ ਵੇਖਣ ਦੇ ਲਈ ਕੇਜਰੀਵਾਲ ਸਾਹਿਬ ਨੇ ਜਾਣ ਦੀ ਗੱਲ ਕੀਤੀ ਹੈ ਉਹਨਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਤੇ ਕੱਤਰ ਸਾਹਿਬ ਕਦੇ ਵੀ ਸਾਹਮਣੇ ਨਹੀਂ ਆਉਣਗੇ। ਤੇ ਨਾਲ ਦੀ ਨਾਲ ਇਹ ਵੀ ਗੱਲ ਮਹੱਤਵਪੂਰਨ ਹੈ ਕਿ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਿਸ ਤਰੀਕੇ ਸਵੇਰ ਸ਼ਾਮ ਦੁਪਹਿਰ ਜਦੋਂ ਵੀ ਭਾਸ਼ਣ ਦਿੰਦੇ ਆ ਹਰਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਘਿਰਨ ਲੱਗ ਪੈਂਦੇ ਆ, ਉਹਨੂੰ ਵੇਖਦਿਆਂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਹਰਿਆਣੇ ਦੇ ਵੱਲ ਕੇਜਰੀਵਾਲ ਸਾਹਿਬ ਦਾ ਧਿਆਨ ਵੀ ਵਧਣਾ ਹੈ। ਉਹਨਾਂ ਨੇ ਉਸ ਮੁੱਦੇ ਦੇ ਉੱਤੇ ਕੁਝ ਸੰਵੇਦਨਸ਼ੀਲ ਜਿਹੜੇ ਆ ਬਿਆਨ ਵੀ ਦੇ ਦੇਣੇ ਆ ਕਿਸੇ ਭਾਈਚਾਰੇ ਵਿਸ਼ੇਸ਼ ਨੂੰ ਖੁਸ਼ ਕਰਨ ਦੇ ਲਈ ਵੀ ਉਹ ਕੋਈ ਨਾ ਕੋਈ ਕਦਮ ਚੁੱਕ ਸਕਦੇ ਆ। ਪਰ ਇੰਨੀ ਗੱਲ ਪੱਕੀ ਹੋ ਗਈ ਕਿ ਦਿੱਲੀ ਚ ਬੈਠੇ ਵੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਚੈਲੰਜ, ਦਿੱਲੀ ਚ ਆ ਕੇ ਵੀ ਹਰਿਆਣੇ ਦੇ ਮੁੱਖ ਮੰਤਰੀ ਨੂੰ ਚੈਲੰਜ, ਤੇ ਇਹਨਾਂ ਸਥਿਤੀਆਂ ਦੇ ਵਿੱਚ ਹੁਣ ਕੇਜਰੀਵਾਲ ਸਾਹਿਬ ਹਰਿਆਣੇ ਦੇ ਵਿੱਚ ਕੀ ਖੋਣ, ਆਉਣ ਵਾਲੀਆਂ ਚੋਣਾਂ ਦੇ ਵਿੱਚ ਖੋ ਪਾਉਂਦੇ ਆ, ਇਹ ਹੁਣ ਆਉਣ ਵਾਲਾ ਸਮਾਂ ਸਪਸ਼ਟ ਕਰੇਗਾ। ਪਰ ਪੂਰਨ ਰੂਪ ਦੇ ਵਿੱਚ ਧਿਆਨ ਕੇਜਰੀਵਾਲ ਸਾਹਿਬ ਦਾ ਇਸ ਵੇਲੇ ਦਿੱਲੀ ਦੇ ਗੁਆਂਢੀ ਸੂਬੇ ਹਰਿਆਣੇ ਚ ਲੱਗਿਆ ਹੋਇਆ ਹੈ ਜੀ। ਤੇ ਉਧਰ ਸ਼੍ਰੋਮਣੀ ਕਮੇਟੀ ਹੈ ਜਿਹੜੀ ਜੀ, ਉਹਨੂੰ ਵੀ ਹੁਣ ਪ੍ਰਧਾਨਗੀ ਚਾਹੀਦੀ ਹੈ ਕਿਸੇ ਨਵੇਂ ਚਿਹਰੇ ਦੇ ਵਾਸਤੇ। ਸਰਗਰਮੀਆਂ ਤੇਜ਼ ਹੋ ਗਈਆਂ ਨੇ ਜੀ ਨਵੇਂ ਪ੍ਰਧਾਨ ਦੇ ਵਾਸਤੇ, ਪਰ ਮੈਨੂੰ ਲੱਗਦਾ ਆਉਣਗੇ ਤਾਂ ਉੱਥੋਂ ਹੀ ਪੁਰਾਣਿਆਂ ਚੋਂ ਕੋਈ ਰਿਵਾਈਵ ਹੋ ਕੇ। ਦੇਖੋ ਸੁਖਨੈਬ ਜੀ, ਇਸ ਵੇਲੇ ਸੰਭਾਵਨਾ ਤੇ ਇਸ ਗੱਲ ਦੀ ਹੈਗੀ ਆ ਕਿ ਲੌਂਗੋਵਾਲ ਸਾਹਿਬ ਨੂੰ 1 ਸਾਲ ਦਾ ਸਮਾਂ ਘੱਟੋ ਘੱਟ ਹੋਰ ਮਿਲ ਜੂ ਜੀ। ਪਰ ਦੂਸਰੇ ਪਾਸੇ ਅਕਾਲੀ ਦਲ ਦੇ ਜਿਹੜੇ ਟਕਸਾਲੀ ਲੀਡਰਾਂ ਦੀ ਬਗਾਵਤ ਹੈ, ਮਾਲਵੇ ਦੇ ਵਿੱਚੋਂ ਵੀ 1-2 ਖਬਰਾਂ ਆਈਆਂ ਸੀ ਕਿ ਭਾਈ ਕਈ ਲੀਡਰ ਜਿਹੜੇ ਆ ਉਧਰ ਵੀ ਪਰਜਿਆਂ ਮਾਰਦੇ ਫਿਰਦੇ ਆ ਕਿ ਭਾਈ ਉੱਡ ਸਕਾਂਗੇ ਪਾਰਟੀ ਦੀ ਛਤਰਛਾਇਆ ਤੋਂ ਬਗੈਰ ਕਿ ਨਹੀਂ। ਅਕਾਲੀ ਦਲ ਦੀ ਲੀਡਰਸ਼ਿਪ ਦੇ ਸਾਹਮਣੇ 1-2 ਤਰ੍ਹਾਂ ਦੇ ਸੰਕਟ ਨੇ। ਪਹਿਲੀ ਗੱਲ ਇਹ, ਉਹ ਪ੍ਰਧਾਨ ਉਸ ਬੰਦੇ ਨੂੰ ਬਣਾਉਣਾ ਚਾਹੁੰਦੇ ਆ ਜਿਹੜਾ ਕਿ ਬਹੁਤ ਭਰੋਸੇਮੰਦ ਹੋਵੇ, ਜਿਹੜਾ ਕਿਸੇ ਦੇ ਚੱਕੇ ਚਕਾਏ ਕੋਈ ਐਸੀ ਗੱਲ ਕੋਈ ਐਸਾ ਬਿਆਨ ਨਾ ਦੇਦਾ ਜਿਹਦੇ ਕਰਕੇ ਅਕਾਲੀ ਦਲ ਨੁਕਸਾਨੀਆਂ ਜਾਏ। ਦੂਸਰੇ ਪਾਸੇ ਆਲ ਦੀ ਘੜੀ ਜਿਹੜੇ ਮਾਝੇ ਦੇ ਬਾਗੀ ਅਕਾਲੀ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਢਾ ਲਾਉਣ ਦੇ ਲਈ, ਉਹਨਾਂ ਦੇ ਬਰਾਬਰ ਕੋਈ ਬਹੁਤ ਵੱਡਾ ਬੰਦਾ ਖੜਾ ਕਰਨ ਦੇ ਲਈ ਵੀ ਸੋਚਿਆ ਵਿਚਾਰਿਆ ਜਾ ਰਿਹਾ ਕਿ ਕਿਉਂ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਦਰਵਾਜ਼ੇ ਅੱਜ ਕੀ ਮਾਝੇ ਵਾਲਿਆਂ ਦੀ ਖੋਲ ਦੇਈਏ। 3-4 ਨਾਵਾਂ ਦੇ ਉੱਤੇ ਇਸ ਵੇਲੇ ਚਰਚਾ, ਪਹਿਲੀ ਭਾਈ ਗੋਬਿੰਦ ਸਿੰਘ ਲੌਂਗੋਵਾਲ, ਉਹਨਾਂ ਦੀ ਚਰਚਾ ਇਸ ਕਰਕੇ ਕਿਉਂਕਿ ਸੁਖਬੀਰ ਸਿੰਘ ਬਾਦਲ ਸਾਹਿਬ, ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਮੁਕਾਬਲੇ ਕੋਈ ਵੱਡਾ ਬੰਦਾ ਜਿਹੜਾ ਅੱਗੇ ਲਿਆਉਣਾ ਚਾਹੁੰਦੇ ਆ ਜਿਹਦੇ ਉੱਤੇ ਲੋਕ ਯਕੀਨ ਵੀ ਕਰ ਸਕਣ ਤੇ ਵਿਸ਼ਵਾਸ ਵੀ ਕਰ ਸਕਣ। ਹੁਣ ਇਸੇ ਕਰਕੇ
ਜਿਹੜੇ ਆ ਸੁਖਦੇਵ ਸਿੰਘ ਢੀਂਡਸਾ ਦੇ ਹਲਕੇ ਦੇ ਹੀ ਬੰਦੇ ਜਿਹੜੇ ਆ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਹਿਬ ਨੂੰ ਇੱਕ ਸਾਲ ਦਾ ਮੌਕਾ ਹੋਰ ਦਿੱਤਾ ਜਾ ਸਕਦਾ, ਉਹ ਇਸ ਵੇਲੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ। ਦੂਸਰੀ ਚਰਚਾ ਜੱਦਾ ਤੋਤਾ ਸਿੰਘ ਦੀ ਹੈ। ਵੈਸੇ ਜਦੋਂ ਖੇਤੀਬਾੜੀ ਮੰਤਰੀ ਹੁੰਦੇ ਸੀ ਤੋਤਾ ਸਿੰਘ ਹੋਰਾਂ ਦੀ ਚਰਚਾ ਤਾਂ ਉਦੋਂ ਵੀ ਬਹੁਤ ਹੋਈ ਸੀ। ਉਹ ਚਰਚਾ ਇਸ ਕਰਕੇ ਹੈ ਕਿਉਂਕਿ ਪਿਛਲੇ 20-22 ਸਾਲਾਂ ਤੋਂ ਤੋਤਾ ਸਿੰਘ ਹੋਰੀ ਬਾਦਲ ਪਰਿਵਾਰ ਦੇ ਸਮਰਥਕ ਨੇ ਜੀ, ਤੇ ਉਹਦੇ ਤੋਂ ਪਹਿਲਾਂ ਉਹਨਾਂ ਨੇ ਥੋੜਾ ਸਮਾਂ ਬਰਨਾਲਾ ਪਰਿਵਾਰ ਦੇ ਨਾਲ ਬਿਤਾਇਆ ਜ਼ਰੂਰ ਸੀ, ਪਰ ਪਿਛਲੇ 2 ਦਹਾਕਿਆਂ ਤੋਂ ਜਿਸ ਤਰੀਕੇ ਉਹਨਾਂ ਨੇ ਆਪਣੀ ਭਰੋਸੇਯੋਗਤਾ ਕਾਇਮ ਕੀਤੀ ਹੈ, ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਇਮ ਰਹੇਗੀ। ਇਹਦੇ ਤੋਂ ਇਲਾਵਾ ਇੱਕ ਲਵਿੰਦਰਪਾਲ ਸਿੰਘ ਪੱਖੋਂ ਦੇ ਸਾਹਿਬ ਜੀ, ਉਹਨਾਂ ਦੇ ਕੋਲ ਐਕਟਿੰਗ ਪ੍ਰਧਾਨ ਦੇ ਰੂਪ ਦੇ ਵਿੱਚ ਥੋੜਾ ਜਿਹਾ ਕੰਮ ਕਰਨ ਦਾ ਤਜਰਬਾ ਹੈ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ, ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਮਸਲਾ ਕਿ ਉਹ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਭਾਣਜੇ ਨੇ, ਤੇ ਜੇ ਕਿਤੇ ਲਵਿੰਦਰਪਾਲ ਸਿੰਘ ਪੱਖੋਂ ਘਿਓੜਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਜਿਹੜੀ ਹੈ ਉਹ ਦੇ ਦਿੱਤੀ ਗਈ ਤਾਂ ਫਿਰ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਦੇ ਮੁਕਾਬਲੇ ਇੱਕ ਬਹੁਤ ਵੱਡਾ ਉਹ ਬੰਦਾ ਵੀ ਖੜਾ ਕਰ ਦੇਣਗੇ, ਬ੍ਰਹਮਪੁਰਾ ਸਾਹਿਬ ਨੂੰ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਹਮਲਾ ਕਰਨ ਤੋਂ ਗੁਰੇਜ਼ ਵੀ ਕਰਨਾ ਪਏਗਾ, ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਮਸਲਾ ਕਿ ਜੇ ਏਡਾ ਵੱਡਾ ਅਹੁਦਾ ਜਿਹੜਾ ਉਹ ਲਵਿੰਦਰਪਾਲ ਸਿੰਘ ਪੱਖੋਕੇ ਨੂੰ ਦੇ ਦਿੱਤਾ, ਇੱਕ ਤਾਂ ਰਣਜੀਤ ਸਿੰਘ ਬ੍ਰਹਮਪੁਰਾ ਮੈਂਬਰ ਪਾਰਲੀਮੈਂਟ ਸਾਹਿਬ ਦੇ ਸਿਆਸੀ ਤੌਰ ਤੇ ਪਰ ਕੱਟੇ ਜਾਣਗੇ, ਤੇ ਦੂਸਰਾ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਫਿਰ ਮਾਝੇ ਦੇ ਵਿੱਚ ਲੱਗ ਰਹੇ ਲਗਾਤਾਰ ਝਟਕਿਆਂ ਤੋਂ ਬਾਅਦ ਪਾਰਟੀ ਜਿਹੜੀ ਥੋੜੀ ਜਿਹੀ ਕਮਜ਼ੋਰ ਹੋ ਗਈ ਹੈ, ਉਸ ਪਾਰਟੀ ਨੂੰ ਹੁਣ ਪੈਰਾਂ ਸਿਰ ਜਿਹੜਾ ਉਹ ਕਰਨ ਦੇ ਲਈ ਇਹਨਾਂ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਆ। ਸੋ ਵੇਖਦੇ ਹਾਂ ਕਿ ਗੱਲ ਕਿੱਧਰ ਨੂੰ ਜਾਂਦੀ ਹੈ, ਪਰ ਨਾਲ ਦੀ ਨਾਲ ਇਹ ਗੱਲ ਪੱਕੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੇਂ ਪ੍ਰਧਾਨ ਤੇ ਕਾਰਜਕਾਰਨੀ ਦੀ ਚੋਣ ਜਿਹੜੀ 13 ਤਰੀਕ ਨੂੰ ਹੋਣੀ ਹੈ, ਉਸ ਚੋਣ ਨੇ ਸਪਸ਼ਟ ਕਰਨਾ ਕਿ ਭਾਈ ਪ੍ਰਧਾਨਗੀ ਕਿਹਨੂੰ ਮਿਲਦੀ ਹੈ, ਉਸ ਚੋਣ ਨੇ ਸਪਸ਼ਟ ਕਰਨਾ ਕਿ ਭਾਈ ਕਾਰਜਕਾਰਨੀ ਦੇ ਵਿੱਚ ਕਿਹੜੇ ਬੰਦੇ ਨੂੰ ਸ਼ਾਮਿਲ ਕੀਤਾ ਜਾਂਦਾ ਜਾਂ ਕਿਹੜੇ ਬੰਦੇ ਨੂੰ ਬਾਹਰ ਕੱਢਿਆ ਜਾਂਦਾ। ਸੋ ਹੁਣ 3-4 ਦਿਨ ਦਾ ਸਮਾਂ ਬਾਕੀ ਹੈ ਜਿਹਦੇ ਵਿੱਚ ਇੱਕੋ ਹੀ ਵਰਕ ਹੁੰਦੇ ਆ ਤੇ ਸਾਰਾ ਕੁਝ ਉਸੇ ਦਿਨ ਦੇ ਵਿੱਚ ਹੀ ਆਪਾਂ ਨਿਪਰੇ ਚਾੜਨਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੁਸ਼ਮਾ ਸਵਰਾਜ ਨੂੰ ਚਿੱਠੀ ਲਿਖੀ ਹੈ ਜੀ, ਲਾਂਘੇ ਬਾਰੇ ਲਿਖੀ ਹੈ ਜਾਂ ਕੁਝ ਹੋਰ ਗੱਲ ਵੀ ਹੈ ਵਿੱਚ? ਚਿੱਠੀਆਂ ਅਸਲ ਦੇ ਵਿੱਚ ਸੁਖਨੈਬ ਜੀ ਉਹਨਾਂ 2 ਲਿਖ ਦਿੱਤੀਆਂ ਜੀ। ਇੱਕ ਚਿੱਠੀ ਉਹਨਾਂ ਨੇ ਬੀਬੀ ਸੁਸ਼ਮਾ ਸਵਰਾਜ ਨੂੰ ਲਿਖੀ ਹੈ ਤੇ ਉਹ ਸੱਚੀ ਮੁੱਚੀ ਲਾਂਘੇ ਆ ਰਹੇ ਆ। ਉਹ ਚਿੱਠੀ ਉਹਨਾਂ ਨੇ ਕਦੋਂ ਲਿਖੀ? ਦੇਖੋ 2-3 ਹਫ਼ਤੇ ਕੋਈ ਨੀ ਸੀ ਬੋਲਿਆ ਕਰਤਾਰਪੁਰ ਦੇ ਲਾਂਘੇ ਬਾਰੇ, ਸਾਰੀ ਜਾਣੀ ਚੁੱਪ ਸੀ ਇੱਥੋਂ ਤੱਕ ਕਿ ਜੇ ਇਸ ਲੀਡਰ ਦੇ ਕਰਕੇ ਜਾਣੀ ਕਿ ਨਵਜੋਤ ਸਿੰਘ ਸਿੱਧੂ ਦੇ ਕਰਕੇ ਗੱਲ ਐਤਕੀ ਸ਼ੁਰੂ ਹੋਈ ਸੀ, ਉਹ ਲੀਡਰ ਵੀ ਚੁੱਪ ਸੀ। ਹੁਣ ਗਏ ਤਾਂ ਨਵਜੋਤ ਸਿੰਘ ਸਿੱਧੂ ਇਮਰਾਨ ਖਾਨ ਦੀ ਤਾਜਪੋਸ਼ੀ ਦੇ ਸਮਾਗਮ ਸੀ, ਉੱਥੇ ਪਾਕਿਸਤਾਨੀ ਫੌਜ ਦੇ ਮੁਖੀ ਨੂੰ ਗਲੇ ਲਾ ਲਿਆ, ਇਧਰਲੇ ਪਾਸੇ ਰੌਲਾ ਪੈ ਗਿਆ ਕਿ ਭਾਈ ਜਿਹੜੇ ਬੰਦੇ ਦੇ ਹੁਕਮ ਦੇ ਉੱਤੇ ਬਾਰਡਰ ਤੇ ਗੋਲੀ ਚੱਲਦੀ ਹੈ ਤੇ ਸਾਡੇ ਜਵਾਨ ਸ਼ਹੀਦ ਹੁੰਦੇ ਆ, ਤੁਸੀਂ ਉਹਨਾਂ ਨੂੰ ਜੱਫੀਆਂ ਪਾਉਣੇ ਫਿਰਦੇ ਹੋ। ਚਲੋ, ਉਹਦੇ ਤੋਂ ਬਾਅਦ ਫਿਰ ਗੱਲ ਜਿਹੜੀ ਹੈ ਉਹ ਅਗਲੇ ਪਾਸੇ ਨੂੰ ਤੁਰੀ। ਫਿਰ ਲੌਂਗੋਵਾਲ ਸਾਹਿਬ ਜਿਹੜੇ ਆ ਉਹਨਾਂ ਨੇ ਬੀਤੇ ਕੱਲ ਦਾਅਵਾ ਕੀਤਾ ਸੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ, ਹਾਲਾਂਕਿ ਮੁਲਾਕਾਤ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸੀ, ਉਹ ਕਹਿੰਦੇ ਵੀ ਅਸੀਂ ਰਾਜਨਾਥ ਸਿੰਘ ਹੋਰਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਪਾਕਿਸਤਾਨ ਦੀ ਸਰਕਾਰ ਦੇ ਨਾਲ ਗੱਲਬਾਤ ਕਰੋ ਜਿਹਦੇ ਨਾਲ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਸਿੱਖ ਕੌਮ ਨੂੰ ਮਿਲ ਸਕੇ 550 ਪ੍ਰਕਾਸ਼ ਪੁਰਬ ਤੋਂ ਪਹਿਲੇ ਜੀ। ਤੇ ਦੂਸਰੇ ਪਾਸੇ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਹੁਣ ਇੱਕ ਪਾਸੇ ਤਾਂ ਇਹ ਆਖ ਦਿੱਤਾ ਗਿਆ ਕਿ ਭਾਈ ਗੱਲਬਾਤ ਕਰੋ, ਤੇ ਦੂਜੇ ਪਾਸੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਲਿਖ ਦਿੱਤੀ ਵਿਦੇਸ਼ ਮੰਤਰੀ ਬੀਬੀ ਸੁਸ਼ਮਾ ਸਵਰਾਜ ਨੂੰ ਕਿ ਦੇਖੋ ਜੀ ਅਸੀਂ ਬੇਨਤੀ ਕਰਦੇ ਹਾਂ ਕਿ ਸਿੱਖ ਭਾਈਚਾਰੇ ਦੀ ਇੱਕ ਬਹੁਤ ਵੱਡੀ ਮੰਗ ਹੈ, ਪਾਕਿਸਤਾਨ ਦੀ ਸਰਕਾਰ ਤੋਂ ਲਗਾਤਾਰ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਕਿ ਉਹ ਵੀ ਲਾਂਘਾ ਦੇਣ ਨੂੰ ਤਿਆਰ ਤੇ ਫਿਰ ਘਾਟ ਕਾਹਦੀ ਹੈ ਜੀ। ਅੱਜ ਬੀਬੀ ਸੁਸ਼ਮਾ ਸਵਰਾਜ ਨੇ ਵਾਪਸ ਦਾ ਸੁਨੇਹਾ ਭੇਜ ਦਿੱਤਾ, ਉਹ ਕਹਿੰਦੇ ਅਸੀਂ ਤੁਹਾਡੇ ਕਹਿਣ ਤੋਂ ਪਹਿਲਾਂ ਵੀ ਕਈ ਵਾਰੀ ਇਹ ਗੱਲ ਆਖ ਚੁੱਕੇ ਹਾਂ ਪੁੱਛ ਚੁੱਕੇ ਹਾਂ, ਪਰ ਅਜੇ ਤੱਕ ਇਧਰਲੇ ਪਾਸੇ ਕੋਈ ਧਿਆਨ ਕਹਿੰਦੇ ਕਿਸੇ ਦਾ ਗਿਆ ਨਹੀਂ, ਤੇ ਹੁਣ ਉਹ ਕਹਿੰਦੇ ਪਾਕਿਸਤਾਨ ਨੂੰ ਅਸੀਂ ਪੁੱਛਦੇ ਜ਼ਰੂਰ ਰਹੇ ਹਾਂ, ਪਾਕਿਸਤਾਨ ਨੇ ਚੰਗੇ ਤਰੀਕੇ ਕਦੇ ਵੀ ਇਧਰਲੇ ਪਾਸੇ ਮਾਹੌਲ ਜਿਹੜਾ ਉਹ ਠੀਕ ਹੋਣ ਹੀ ਨਹੀਂ ਦਿੱਤਾ, ਇਸ ਕਰਕੇ ਸਾਡੇ ਵੱਲੋਂ ਘਾਟ ਕੋਈ ਨਹੀਂ, ਜੇ ਰਸਮੀ ਤੌਰ ਦੇ ਉੱਤੇ ਸੱਦਾ ਕੋਈ ਉਧਰਲੇ ਪਾਸਿਓਂ ਆਇਆ ਤਾਂ ਵਿਚਾਰ ਜਿਹੜਾ ਉਹ ਕੀਤਾ ਜ਼ਰੂਰ ਜਾਏਗਾ। ਚਲੋ, ਦੂਸਰੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਇੱਕ ਚਿੱਠੀ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਸਾਹਿਬ ਨੂੰ ਲਿਖੀ ਜੀ। ਇਹ ਚਿੱਠੀ ਜਿਹੜੀ ਹੈ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਬੇਨਤੀ ਕੀਤੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਚੰਡੀਗੜ੍ਹ ਦੇ ਵਿੱਚ 60-40 ਦੀ ਰੇਸ਼ੋ ਸੱਚੀ ਮੁੱਚੀ ਨਿਰਧਾਰਿਤ ਕਰੋ, ਤੇ ਉਹਨਾਂ ਨੇ ਫਿਰ ਕੱਲਾ ਕੱਲਾ ਅੰਕੜਾ ਦਿੱਤਾ ਜੀ ਕਿ ਭਾਈ ਆ ਵੇਖੋ ਇੰਨੇ ਅਧਿਕਾਰੀ ਇਹਦੇ ਵਿੱਚੋਂ ਇੰਨੇ ਪੰਜਾਬ ਦੇ ਲੱਗਣੇ ਸੀ, ਇੰਨੇ ਹਰਿਆਣੇ ਦੇ, ਨਾ ਪੰਜਾਬ ਦੇ ਪੂਰੇ ਆ ਨਾ ਹਰਿਆਣੇ ਦੇ, ਤੁਸੀਂ ਯੂਪੀ ਕਾਡਰ ਨੂੰ ਇੱਧਰ ਰਿਆਕਤ ਥੋਪ ਰਹੇ। ਦੂਸਰੇ ਪਾਸੇ ਇਹ ਵੀ ਗੱਲ ਜਿਹੜੀ ਹੈ ਉਹ ਸਪਸ਼ਟ ਕਰ ਦਿੱਤੀ ਗਈ
कि इस वेले जिन्हें भी पंजाब के अधिकारी घट ने प्रधानमंत्री साहब वो अधिकारी जिहड़े है वो तुसीं छेती तो छेती लगवाउण दी जिहड़ी खेचल करो नहीं तो पंजाब के लोगों के बेगानगी की भावना जिहड़ी वधी जांदी है। हुण इह दोवें चिट्ठियां जिहड़ियां ने बड़ियां इंपोर्टेंट ने ते दोवें चिट्ठियां दे जवाब जिस तरीके हुण आ रहे ने उहनूं वेखदिआं लगदा कि पाईए दे समां दूर है, पर कुल मिला के चलो हुण मुख्यमंत्री साहब ने चिट्ठियां दुबारा लिखियां, चर्चा एक बारी फिर शुरू हुई है ते वेखदिआं कि इस चर्चा दे विच माड़ी मोटी सफलता की प्राप्ति हुंदी है जां नहीं। जी ਮਰਸਾ ਵਰਲਡ ਹਾਕੀ ਕੱਪ ਦੇ ਵਾਸਤੇ ਭਾਰਤੀ ਟੀਮ ਦਾ ਐਲਾਨ ਹੋਇਆ ਤੇ ਇਹਦੇ ਚ ਪੰਜਾਬੀਆਂ ਦੀ ਬੱਲੇ ਬੱਲੇ ਆ ਜੀ, ਬਹੁਤ ਸਾਰੇ ਪੰਜਾਬੀ ਮੁੰਡੇ ਹਾਕੀ ਲੈ ਕੇ ਚੱਲੇ ਨੇ। ਸੁਖਨੈਪ ਜੀ ਨਵੰਬਰ ਮਹੀਨੇ ਦੀ ਅੱਜ 9 ਤਰੀਕ ਹੈ ਤੇ 28 ਨਵੰਬਰ ਨੂੰ ਯਾਨੀ ਕਿ 20ਵੇਂ ਦਿਨ ਨੂੰ ਭਾਰਤ ਦੇ ਉੜੀਸਾ ਸੂਬੇ ਦੇ ਭੁਵਨੇਸ਼ਵਰ ਸ਼ਹਿਰ ਦੇ ਵਿੱਚ ਗੱਭਰੂਆਂ ਦਾ ਹਾਕੀ ਵਰਲਡ ਕੱਪ ਜਿਹੜਾ ਉਹ ਹੋਣ ਜਾ ਰਿਹਾ। ਅਸੀਂ ਖਿਤਾਬ ਦੇ ਦਾਅਵੇਦਾਰ ਨਹੀਂ, ਪਰ ਕਿਉਂਕਿ ਮੈਦਾਨ ਆਪਣਾ, ਟੀਮ ਚੰਗੀ, ਪਿਛਲੇ ਦਿਨਾਂ ਦੇ ਵਿੱਚ ਵੱਡੀਆਂ ਵੱਡੀਆਂ ਟੀਮਾਂ ਨੂੰ ਹਰਾਉਣ ਦਾ ਮੌਕਾ ਮਿਲਿਆ, ਇਸ ਕਰਕੇ ਕਈ ਦਹਾਕਿਆਂ ਦਾ ਮੈਡਲ ਦਾ ਜਿਹੜਾ ਸੋਕਾ ਉਹ ਐਤਕੀ ਭਾਰਤੀ ਹਾਕੀ ਟੀਮ ਦੇ ਜਿਹੜੇ ਮੈਂਬਰ ਗੱਭਰੂ ਨੇ ਉਹ ਦੂਰ ਵੀ ਕਰ ਸਕਦੇ ਆ। ਇਹਦੇ ਵਿੱਚ ਭਾਰਤ ਦਾ ਜਿਹੜਾ ਮੁਕਾਬਲਾ ਹੋਣਾ ਉਹ ਮੁਕਾਬਲਾ ਜਿਹੜਾ ਤੀਸਰੇ ਨੰਬਰ ਦੀ ਦੁਨੀਆ ਦੀ ਟੀਮ ਬੈਲਜੀਅਮ ਦੇ ਨਾਲ, ਕੈਨੇਡਾ ਦੇ ਨਾਲ ਤੇ ਦੱਖਣੀ ਅਫਰੀਕਾ ਦੇ ਨਾਲ, ਚਾਰ ਚਾਰ ਮੁਲਕ ਜਿਹੜੇ ਆ ਉਹ ਇੱਕ ਪੂਲ ਦੇ ਵਿੱਚ ਹੋਣਗੇ ਤੇ ਜਿਹੜੀ ਟੀਮ ਪੂਲ ਦੇ ਵਿੱਚ ਸਿਖਰ ਤੇ ਰਹੇਗੀ ਉਹਨੂੰ ਹੀ ਕੁਆਟਰ ਫਾਈਨਲ ਦੇ ਵਿੱਚ ਪੜਨ ਦਾ ਮੌਕਾ ਮਿਲੂ। ਇਹਦਾ ਮਤਲਬ ਹੈ ਕਿ ਭਾਰਤ ਦੀ ਇੱਕ ਵੀ ਗਲਤੀ ਭਾਰਤੀ ਹਾਕੀ ਟੀਮ ਨੂੰ ਕੁਆਟਰ ਫਾਈਨਲ ਤੋਂ ਪਹਿਲਾਂ ਹੀ ਜਿਹੜੀ ਹੈ ਇਸ ਮੈਦਾਨ ਦੇ ਵਿੱਚੋਂ ਜਿਹੜੀ ਉਹ ਬਾਹਰ ਕਰ ਸਕਦੀ ਹੈ ਤੇ ਪਹਿਲੇ ਦਿਨ ਜਾਣੀ ਕਿ 28 ਨਵੰਬਰ ਨੂੰ ਭਾਰਤੀ ਟੀਮ ਦਾ ਮੈਚ ਜਿਹੜਾ ਉਹ ਦੱਖਣੀ ਅਫਰੀਕਾ ਦੀ ਟੀਮ ਦੇ ਨਾਲ ਹੈ। ਭਾਰਤੀ ਟੀਮ ਕਿਹੋ ਜਿਹਾ ਖੇਡਦੀ ਹੈ ਕਿਹੋ ਜਿਹਾ ਨਹੀਂ ਖੇਡਦੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ, ਪਰ ਜਿਹੜੀ 18 ਮੈਂਬਰੀ ਟੀਮ ਚੁਣੀ ਗਈ ਹੈ ਜਿਵੇਂ ਤੁਸੀਂ ਸੁਖਨੈਪ ਜੀ ਜ਼ਿਕਰ ਕੀਤਾ, ਲੰਬੇ ਸਮੇਂ ਬਾਅਦ ਪੰਜਾਬੀ ਖਿਡਾਰੀਆਂ ਦੀ ਭਰਮਾਰ ਹੈ, ਕਪਤਾਨ ਮਨਪ੍ਰੀਤ ਸਿੰਘ ਪੰਜਾਬੀ, ਮਨਦੀਪ ਸਿੰਘ ਪੰਜਾਬੀ, ਵਰਣ ਕੁਮਾਰ ਪੰਜਾਬੀ, ਹਰਮਨਪ੍ਰੀਤ ਸਿੰਘ ਪੰਜਾਬੀ, ਕ੍ਰਿਸ਼ਨ ਬਹਾਦਰ ਪਾਠਕ ਪੰਜਾਬੀ, ਹਾਰਦਿਕ ਸਿੰਘ ਪੰਜਾਬੀ, ਸਿਮਰਨਜੀਤ ਸਿੰਘ ਪੰਜਾਬੀ, ਦਿਲਪ੍ਰੀਤ ਸਿੰਘ ਤੇ ਆਕਾਸ਼ਦੀਪ ਸਿੰਘ ਵੀ ਪੰਜਾਬੀ। 18 ਦੇ ਵਿੱਚੋਂ 50% ਖਿਡਾਰੀ ਐਤਕੀ ਪੰਜਾਬ ਦੇ ਨੇ ਤੇ ਪੰਜਾਬ ਦੇ 9 ਖਿਡਾਰੀਆਂ ਦੇ ਵਿੱਚੋਂ ਵੀ 5 ਜਲੰਧਰ ਦੇ ਨੇ। ਇਹਦਾ ਮਤਲਬ ਹੈ ਕਿ ਜਦੋਂ ਦਹਾਕਿਆਂ ਪਹਿਲਾਂ ਐਸਟ੍ਰੋ ਟਰਫ ਜੇ ਨਹੀਂ ਸੀ ਆਈ, ਕੁਦਰਤੀ ਜਿਹੜੇ ਘਾਹ ਦੇ ਮੈਦਾਨ ਦੇ ਉੱਤੇ ਹਾਕੀ ਖੇਡੀ ਜਾਂਦੀ ਸੀ ਉਦੋਂ ਭਾਰਤ ਹਾਕੀ ਦਾ ਬਾਦਸ਼ਾਹ ਸੀ, ਉਦੋਂ ਲਗਾਤਾਰ ਭਾਰਤ ਨੂੰ ਜਿਹੜਾ ਜੀ, ਪਰ ਉਹਦੇ ਤੋਂ ਬਾਅਦ ਐਸਟ੍ਰੋ ਟਰਫ ਹਾਕੀ ਆ ਗਈ, ਨਿਯਮ ਬਦਲੇ, ਐਸਟ੍ਰੋ ਟਰਫ ਮਹਿੰਗੀ ਬਹੁਤ ਸੀ, ਪੰਜਾਬ ਚ ਬਹੁਤੀਆਂ ਲੱਗ ਨਾ ਸਕੀਆਂ ਤੇ ਨਵੇਂ ਨਿਯਮਾਂ ਦੇ ਮੁਤਾਬਕ ਖਿਡਾਰੀਆਂ ਤੋਂ ਫਿਰ ਖੇਡਿਆ ਨਾ ਗਿਆ ਤੇ ਸਿੱਟਾ ਇਹ ਨਿਕਲਿਆ ਸੀ ਕਿ ਕਈ ਦਹਾਕੇ ਹੋ ਗਏ ਅਸੀਂ ਵਿਸ਼ਵ ਕੱਪ ਜਾਂ ਓਲੰਪਿਕ ਦੇ ਵਿੱਚ ਮੈਡਲ ਦਾ ਮੂੰਹ ਵੇਖਣ ਨੂੰ ਤਰਸ ਗਏ ਕਿ ਭਾਈ ਹੁੰਦਾ ਕਿਵੇਂ ਆ, ਪਰ ਉਦੋਂ ਜਦੋਂ ਅਸੀਂ ਮੈਡਲ ਜਿੱਤਦੇ ਸੀ ਪੰਜਾਬੀ ਖਿਡਾਰੀਆਂ ਦੀ ਮੁਹਤਾਜ ਸੀ। ਹੁਣ ਇੱਕ ਵਾਰ ਫਿਰ ਬਿਲਕੁਲ ਉਦਾਂ ਦਾ ਸਮਾਂ ਆ ਗਿਆ ਜਦੋਂ 50% ਪੰਜਾਬੀ ਖਿਡਾਰੀ ਜਿਹੜੇ ਨੇ ਉਹ ਖਿਡਾਰੀ ਇਸ ਵੇਲੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਲੋਹਾ ਲੈਣ ਦਾ ਯਤਨ ਕਰ ਰਿਹਾ। ਪਰ ਇੱਥੇ ਮੈਂ ਇੱਕ ਦੋ ਗੱਲਾਂ ਦੱਸਦੀਆਂ ਜੀ, ਦੇਖੋ ਜੇ ਤਾਂ ਭਾਰਤੀ ਹਾਕੀ ਟੀਮ ਆਖਰੀ ਪਲਾਂ ਦੇ ਵਿੱਚ ਪ੍ਰੈਸ਼ਰ ਚੋਣੋਂ ਹਟ ਗਈ, ਜੇ ਭਾਰਤੀ ਹਾਕੀ ਟੀਮ ਨੇ ਚੰਗੇ ਤਰੀਕੇ ਪੈਨਲਟੀ ਕਾਰਨਰ ਲਾਏ, ਜੇ ਭਾਰਤੀ ਹਾਕੀ ਟੀਮ ਨੇ ਹੋਰ ਵੀ ਕਈ ਜਿਹੜੇ ਪਰਿਵਰਤਨ ਕੀਤੇ ਤਾਂ ਆਪਾਂ ਚੰਗੇ ਰਹਾਂਗੇ ਤੇ ਨਹੀਂ ਤਾਂ ਫਿਰ ਕੰਮ ਖਰਾਬ ਹੋਜੂ। ਪਰ ਜਿਹੜੇ 5 ਮੁੰਡੇ ਜਲੰਧਰੋਂ ਆ, ਵੈਸੇ 4 ਬੰਦੇ ਜਾਂਦੇ ਆ ਵਿੱਚ ਵਿਚਾਲੇ ਇੱਕ ਹੋਰ ਦਾ ਸੰਬੰਧ ਵੀ ਜਿਹੜਾ ਜਲੰਧਰ ਨਾਲ ਜੁੜਿਆ ਜਾਂਦਾ, ਉਹਦੇ ਵਿੱਚੋਂ ਇੱਕ ਜਿਹੜਾ ਮਨਪ੍ਰੀਤ ਸਿੰਘ ਟੀਮ ਦਾ ਕਪਤਾਨ ਹੈ 2011 ਦੇ ਵਿੱਚ ਉਹਨੇ 19 ਸਾਲਾਂ ਦੀ ਉਮਰ ਚ ਭਾਰਤ ਲਈ ਖੇਡਣਾ ਸ਼ੁਰੂ ਕੀਤਾ ਸੀ ਤੇ ਜੂਨੀਅਰ ਪਲੇਅਰ ਆਫ ਦੀ ਈਅਰ ਵੀ ਮਿਲਿਆ ਤੇ ਉਹਦੇ ਤੋਂ ਬਾਅਦ ਹੁਣ ਲਗਾਤਾਰ ਅੱਗੇ ਵੱਧਦਾ ਵੱਧਦਾ ਅਗਲਾ ਕਪਤਾਨ ਹੀ ਬਣ ਗਿਆ। ਇਹਦੇ ਨਾਲ ਨਾਲ ਜਲੰਧਰ ਕੈਂਟ ਜਿਹੜਾ ਉੱਥੋਂ ਦੇ ਪਿੰਡ ਖੁਸਰੋਪੁਰ ਦਾ ਰਹਿਣ ਵਾਲਾ DSP ਵਰਿੰਦਰਪ੍ਰੀਤ ਸਿੰਘ ਦਾ ਪੁੱਤਰ ਹਾਰਦਿਕ ਸਿੰਘ, ਉਹ ਹਾਰਦਿਕ ਸਿੰਘ ਜਿਹੜਾ ਉਹਨੇ ਵੀ ਟੀਮ ਦੇ ਵਿੱਚ ਜਗ੍ਹਾ ਬਣਾਈ ਹੈ ਤੇ ਇਸ ਵੇਲੇ ਪਿੰਡ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਹੈ। ਤੇ ਦੂਸਰੇ ਪਾਸੇ ਵਰਣ ਜਿਹੜਾ 5ਵੀਂ ਜਮਾਤ ਤੋਂ ਹਾਕੀ ਖੇਡ ਰਿਹਾ ਤੇ ਹੁਣ ਉੜੀਸਾ ਦੇ ਵਿੱਚ ਜਦੋਂ ਵਿਸ਼ਵ ਕੱਪ ਖੇਡਣ ਜਾ ਰਿਹਾ ਤੇ ਸਭ ਤੋਂ ਵੱਧ ਖੁਸ਼ੀ ਸੁਖਨੈਪ ਜੀ ਮੈਨੂੰ ਲੱਗਦਾ ਕਿ ਇਹਦੇ ਬਾਪੂ ਦੀ ਹੋਣੀ ਹੈ ਜਿਹੜਾ ਕਿ ਟਰੱਕ ਚਲਾਉਂਦਾ। ਦੇਖੋ ਜਦੋਂ ਭਾਰਤੀ ਹਾਕੀ ਟੀਮ ਦੇ ਵਿੱਚ ਇੱਕ ਟਰੱਕ ਡਰਾਈਵਰ ਦਾ ਬੇਟਾ ਜਿਹੜਾ ਉਹ ਸ਼ਾਮਿਲ ਹੋ ਗਿਆ ਤੇ ਉਸ ਟੱਬਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੋਣਾ ਜਿਵੇਂ ਭਾਈ ਕੋ ਅਲਾਦੀਨ ਦਾ ਚਿਰਾਗ ਲੱਭ ਪਿਆ ਹੋਵੇ। ਇਹਦੇ ਨਾਲ ਨਾਲ ਕ੍ਰਿਸ਼ਨਾ ਪਾਠਕ ਜਿਹੜਾ
ਉਹਦਾ ਬਾਪੂ ਇੱਕ ਕਰੇਨ ਆਪਰੇਟਰ ਹੈ ਕਪੂਰਥਲੇ ਚ ਜੀ ਜਲੰਧਰ ਨੇ, ਤੇ ਕਰੇਨ ਆਪਰੇਟਰ ਹੋਣ ਦੇ ਬਾਵਜੂਦ ਦੇਖੋ ਪੈਸੇ ਧੇਲੇ ਕਿੰਨੇ ਕੁ ਹੁੰਦੇ ਕਰੇਨ ਆਪਰੇਟਰ ਦੇ ਕੋਲੇ, ਪਰ ਇਹਦੇ ਬਾਵਜੂਦ ਵੀ ਜਿਸ ਤਰੀਕੇ ਹੁਣ ਉਹ ਪਿਛਲੇ ਸਮੇਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਕੰਮ ਕਰਕੇ ਅੱਗੇ ਪਹੁੰਚਿਆ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਜੱਦੋਜਹਿਦ ਹੈ। ਮੈਂ ਛੋਟੀ ਜਿਹੀ ਗੱਲ ਕ੍ਰਿਸ਼ਨਾ ਪਾਠਕ ਦੇ ਬਾਰੇ ਦੱਸਦਿਆਂ, 12 ਸਾਲ ਦੀ ਉਮਰ ਸੀ ਤੇ ਮਾਂ ਗੁਜ਼ਰ ਗਈ, ਬਾਪੂ ਮੈਂ ਜਿਵੇਂ ਦੱਸਿਆ ਕਰੇਨ ਆਪਰੇਟਰ ਸੀ, 20 ਸਾਲਾਂ ਦਾ ਹੋਇਆ ਤਾਂ ਬਾਪੂ ਵੀ ਗੁਜ਼ਰ ਗਿਆ, ਇੱਥੋਂ ਤੱਕ ਕਿ ਉਹਦੇ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਤੋਂ 2 ਦਿਨ ਪਹਿਲਾਂ ਉਹਦੇ ਪਿਤਾ ਦੀ ਮੌਤ ਹੋਈ ਸੀ, ਪਰ ਇਹਦੇ ਬਾਵਜੂਦ ਵੀ ਉਹ ਜਿਹੜਾ ਖੇਡਣ ਦੇ ਲਈ ਉਹ ਗਿਆ ਸੀ। ਇੱਦਾਂ ਦੇ ਬੰਦੇ ਨੇ ਕਹਿਣ ਦਾ ਭਾਵ ਹੈ ਕਿ ਬਿਲਕੁਲ ਜ਼ਮੀਨ ਦੇ ਨਾਲ ਜੁੜੇ ਹੋਏ, ਤੇ ਜੇ ਐਤਕੀ ਚੰਗੀ ਪ੍ਰਾਪਤੀ ਹੋ ਜਾਏ, ਇੱਕ ਅੱਧੇ ਮੈਡਲ ਦਾ ਮੂੰਹ ਵੇਖਣ ਨੂੰ ਹਾਕੀ ਦੇ ਵਿੱਚ ਮਿਲ ਜਾਏ ਤਾਂ ਸ਼ਾਇਦ ਇਹਨਾਂ ਦਾ ਭਵਿੱਖ ਤੇ ਭਾਰਤ ਦੇ ਵਿੱਚ ਹਾਕੀ ਦੀਆਂ ਰੌਣਕਾਂ ਜਿਹੜੀਆਂ ਇੱਕ ਵਾਰੀ ਫੇਰ ਵੱਧ ਸਕਦੀਆਂ ਨੇ। ਜੀ ਵੜ ਸਾਹਿਬ, PRTC ਨੇ ਸੰਗਰੂਰ ਦੇ ਲੋਕਾਂ ਨੂੰ ਤੋਹਫਾ ਦਿੱਤਾ ਜੀ, ਕਿਵੇਂ ਟਿਕਟਾਂ ਦੀ ਥਾਂ ਤੇ ਲਾਟਰੀ ਕੱਢਣ ਲੱਗ ਗਏ? ਸੁਖਨੈਬ ਜੀ, ਹੁਣ ਪੈਪਸੂ ਰੋਡਵੇਜ ਵਾਲੇ ਜਿਹੜੇ ਆ ਉਹ ਸੱਚੀ ਮੁੱਚੀ ਅੱਗੇ ਵੱਧ ਰਹੇ ਆ, ਅੱਗੇ ਇਸ ਕਰਕੇ ਵੱਧ ਰਹੇ ਆ ਕਿ ਭਾਈ ਕਿਰਾਇਆ ਤਾਂ ਲੈਂਦੇ ਆ, ਟਿਕਟਾਂ ਵੀ ਲੈਂਦੇ ਆ, ਤੇ ਨਾਲ ਦੀ ਨਾਲ ਬੱਸ ਵੀ ਉਸੇ ਤਰੀਕੇ ਸੀਟੀ ਵੱਜਦੀ ਆ ਤੇ ਫਿਰ ਤੁਰਦੀ ਆ। ਪਰ PRTC ਜਿਹਨੇ ਕਿ ਕਪਤਾਨ ਸਾਹਿਬ ਦੀ ਸਰਕਾਰ ਬਣਨ ਤੋਂ ਬਾਅਦ ਇਕਦਮ ਉਚਾਈ ਫੜੀ ਸੀ ਕਿ ਭਾਈ ਆ ਵੇਖੋ PRTC ਜਿਹੜੀ ਆ ਮੁਨਾਫੇ ਜਾਣ ਲੱਗ ਪਈ, ਅੱਗੇ ਤਾਂ ਜਿਹੜਾ ਬਹੁਤ ਕੁਝ ਘਟਦਾ ਵਾਪਰਦਾ ਰਹਿੰਦਾ ਹੁੰਦਾ ਸੀ, ਕਦੇ ਤਨਖਾਹਾਂ ਰੁਕ ਗਈਆਂ, ਕਦੇ ਕੁਝ ਹੋ ਗਿਆ, ਪਰ ਹੁਣ ਇੱਦਾਂ ਨੀ, ਸਾਰੀਆਂ ਤਨਖਾਹਾਂ ਵੇਲੇ ਸਿਰ ਮਿਲਦੀਆਂ, ਪੈਨਸ਼ਨਾਂ ਵੇਲੇ ਸਿਰ ਮਿਲਦੀਆਂ, ਤੇ ਨਾਲ ਦੀ ਨਾਲ ਬਹੁਤ ਸਾਰੀਆਂ ਨਵੀਆਂ ਬੱਸਾਂ ਜਿਹੜੀਆਂ ਨੇ ਉਹ ਵੀ ਪਾਈਆਂ, ਵੀ ਆਧੁਨਿਕ AC ਬੱਸਾਂ ਪਾਈਆਂ ਗਈਆਂ, 100 ਸਧਾਰਨ ਬੱਸਾਂ ਜਿਹੜੀਆਂ ਸ਼ਾਮਿਲ ਕੀਤੀਆਂ, ਤੇ ਹੁਣ ਸੰਗਰੂਰ ਦੇ ਵਿੱਚ ਪਹੁੰਚੇ PRTC ਦੇ ਚੇਅਰਮੈਨ KK ਸ਼ਰਮਾ ਤੇ ਨਾਲ ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ, ਜਿਹੜੇ ਕਿ ਮੁਕਾਬਲਤਨ ਬੜੇ ਇਮਾਨਦਾਰ ਅਧਿਕਾਰੀ ਮੰਨੇ ਜਾਂਦੇ ਆ, ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਦੇ ਚੁੱਕੇ ਆ। ਇੱਥੇ ਉਹਨਾਂ ਨੇ ਪਹਿਲਕਦਮੀ ਕੀ ਕੀਤੀ, ਉਹ ਕਹਿੰਦੇ ਜੀ ਦੇਖੋ ਸੰਗਰੂਰ ਦੇ ਲੋਕਾਂ ਦੀਆਂ ਕੁਝ ਇੱਕ ਬਹੁਤ ਵੱਡੀਆਂ ਮੰਗਾਂ ਸੀ, ਉਹ ਅਸੀਂ ਪੂਰੀਆਂ ਕਰਤੀਆਂ। ਸੰਗਰੂਰ ਤੋਂ ਨੈਨੀਤਾਲ ਦੇ ਲਈ ਸਿੱਧੀ ਬੱਸ ਸੇਵਾ ਸ਼ੁਰੂ ਕਰਤੀ, ਸੰਗਰੂਰ ਤੋਂ ਜੈਪੁਰ ਦੇ ਲਈ ਬੱਸ ਸੇਵਾ ਸ਼ੁਰੂ ਕਰਤੀ, ਸੰਗਰੂਰ ਤੋਂ ਦਿੱਲੀ ਦੇ ਲਈ ਵੀ ਬੱਸ ਸੇਵਾ ਸ਼ੁਰੂ ਕਰਤੀ, ਤੇ ਸੰਗਰੂਰ ਤੋਂ ਅੰਮ੍ਰਿਤਸਰ ਦੇ ਲਈ ਵੀ ਬੱਸ ਦਾ ਡਾਇਰੈਕਟ ਪ੍ਰਬੰਧ ਜਿਹੜਾ ਪੈਪਸੂ ਰੋਡਵੇਜ਼ ਵਾਲਿਆਂ ਨੇ ਕਰਤਾ। ਇੱਥੋਂ ਤੱਕ ਉਹ ਕਹਿੰਦੇ ਕਿ ਜਿਹੜੀ ਸੰਗਰੂਰ ਤੋਂ ਦਿੱਲੀ ਦੇ ਬੱਸ ਅੱਡੇ ਨੂੰ ਬੱਸ ਜਾਂਦੀ ਹੈ, ਚੰਦ ਦਿਨ ਹੋਰ ਨੇ ਅਸੀਂ ਦਿੱਲੀ ਹਵਾਈ ਅੱਡੇ ਤੱਕ ਉਹਦੇ ਪਰਮਿਟ ਮਨਜ਼ੂਰ ਕਰਾ ਲੈਣਾ, ਤੇ ਫਿਰ ਤੁਸੀਂ ਸਿੱਧੇ ਤੌਰ ਦੇ ਉੱਤੇ ਭਾਈ ਉੱਥੇ ਜਾਓ, ਤੇ ਜਾ ਕੇ ਫਿਰ ਜਿਹੜਾ ਆਪਣੀ ਫਲਾਈਟਾਂ ਲੈ ਲਓ ਜਾਂ ਫਲਾਈਟਾਂ ਦੇ ਵਿੱਚ ਵਾਪਸ ਆ ਜਾਓ। ਇਹਦੇ ਨਾਲ ਨਾਲ ਇਸ ਮੌਕੇ ਦੇ ਉੱਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਸਾਹਿਬ ਵੀ ਸੀਗੇ, ਉਹ ਕਹਿੰਦੇ ਜੀ ਦੇਖੋ ਅਸੀਂ ਸੰਗਰੂਰ ਤੋਂ ਸਾਲਾਸਰ ਧਾਮ ਤੇ ਸੰਗਰੂਰ ਤੋਂ ਅਜਮੇਰ ਸ਼ਰੀਫ ਦੇ ਲਈ ਵੀ ਸਿੱਧੀ ਬੱਸ ਸੇਵਾ ਸ਼ੁਰੂ ਕਰਨ ਦੀ ਬੇਨਤੀ ਜਿਹੜੀ ਹੈ PRTC ਦੇ ਚੇਅਰਮੈਨ ਸਾਹਿਬ ਨੂੰ ਕੀਤੀ ਸੀ, ਤੇ ਉਹਨਾਂ ਨੇ ਸਾਡੀ ਬੇਨਤੀ ਜਿਹੜੀ ਹੈ ਉਹ ਪ੍ਰਵਾਨਗੀ ਕਰ ਲਈ। ਹੁਣ ਦੇਖਦੇ ਹਾਂ ਕਿ ਜਦੋਂ PRTC ਨੇ ਦੂਸਰੇ ਸੂਬਿਆਂ ਦੇ ਲਈ ਬੱਸਾਂ ਸ਼ੁਰੂ ਕੀਤੀਆਂ ਜਿਹਨਾਂ ਦੇ ਵਿੱਚੋਂ ਕੋਈ ਧਾਰਮਿਕ ਤੌਰ ਤੇ ਪ੍ਰਸਿੱਧ ਹੈ, ਕੋਈ ਵੈਸੇ ਟੂਰਿਜ਼ਮ ਦੇ ਲਈ ਬਹੁਤ ਚੰਗਾ, ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਤੇ ਨਾ ਕਿਤੇ ਹੁਣ ਇੱਕ ਪਾਸੇ PRTC ਨੂੰ ਮੁਨਾਫਾ ਦੇਣਗੀਆਂ, ਤੇ ਦੂਸਰੇ ਪਾਸੇ ਸਧਾਰਨ ਲੋਕਾਂ ਦੇ ਲਈ ਇੱਦਾਂ ਦੇ ਰਮਣੀਕ ਥਾਵਾਂ ਦੇ ਉੱਤੇ ਜਾ ਕੇ ਜਿਹੜੇ ਉਹ ਅਜਬ ਦੇ ਨਜ਼ਾਰੇ ਜਿਹੜੇ ਨੇ ਉਹ ਵੇਖਣ ਦੇ ਲਈ, ਹੁਣ ਜਿਹੜੀ ਜਦੋਜਹਿਦ ਪਹਿਲਾਂ ਹੁੰਦੀ ਸੀ ਕਿ ਭਾਈ ਇੱਕ ਪਾਸੇ ਇੱਥੋਂ ਫੜੋ ਤੇ ਦੂਜੇ ਉੱਥੋਂ ਫੜੋ ਤੇ ਪਤਾ ਨੀ ਪਹੁੰਚਣਾ ਕਿ ਨਹੀਂ ਪਹੁੰਚਣਾ, ਉਹ ਸਾਰੀਆਂ ਦਿੱਕਤਾਂ ਦੂਰ ਹੋ ਗਈਆਂ। ਉਮੀਦ ਕਰਦੇ ਹਾਂ ਕਿ ਇਹਨਾਂ 4 ਆਧੁਨਿਕ ਬੱਸਾਂ ਤੋਂ ਬਾਅਦ PRTC ਇਸੇ ਤਰੀਕੇ ਬਾਕੀ ਕੋਈ ਇੱਕ ਸ਼ਹਿਰਾਂ ਤੋਂ ਵੀ ਬੱਸ ਸਰਵਿਸ ਚੰਗੇ ਤਰੀਕੇ ਸ਼ੁਰੂ ਕਰੇਗੀ। ਜੀ ਵਟਸਐਪ ਸਾਈਬਰ ਸੈੱਲ ਮਜ਼ਬੂਤ ਕਰਨ ਦੇ ਵਿੱਚ ਲੱਗ ਗਈ ਜੀ ਪੰਜਾਬ ਪੁਲਿਸ। ਸੁਖਨੈਬ ਜੀ, ਕ੍ਰਾਈਮ ਦੇ ਵੀ ਢੰਗ ਤਰੀਕੇ ਬਦਲ ਗਏ ਨਾ, ਹੁਣ ਕ੍ਰਾਈਮ ਪਹਿਲਾਂ ਵਾਂਗ ਨਹੀਂ ਹੁੰਦਾ, ਸਾਈਬਰ ਕ੍ਰਾਈਮ ਦੇ ਬਹੁਤ ਸਾਰੇ ਨਵੇਂ ਕੇਸ ਸਾਹਮਣੇ ਆ ਜਾਂਦੇ ਆ। ਉਦੋਂ ਫਿਰ ਸਧਾਰਨ ਜਿਹੜੇ ਪੁਲਿਸ ਕਰਮਚਾਰੀ ਹੁੰਦੇ ਆ, ਜਾਂਚ ਪੜਤਾਲ ਕਰਨ ਵਾਲੇ ਹੁੰਦੇ ਆ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੁੰਦੀ। ਇੱਥੋਂ ਤੱਕ ਕਿ ਵਾਰ ਵਾਰ ਕਿਹਾ ਜਾਂਦਾ ਸੀ ਕਿ ਵਿਦੇਸ਼ਾਂ ਤੋਂ ਕੁਝ ਲੋਕ ISI ਵਾਲੇ ਉਹ ਇਹਨਾਂ ਢੰਗ ਤਰੀਕਿਆਂ ਦੀ ਵਰਤੋਂ ਕਰਨ ਲੱਗ ਪਏ ਆ, ਜਿਹਨਾਂ ਦੇ ਨਾਲ ਕਿ ਉਹ ਛੇਤੀ ਕਿਤੇ ਪਕੜ 'ਚ ਨਹੀਂ ਆਉਂਦੇ, ਤੇ ਜੇ ਸਾਈਬਰ ਸੈੱਲ ਪੰਜਾਬ ਦੇ ਵਿੱਚ ਮਜ਼ਬੂਤ ਹੋਣਗੇ ਤਾਂ ਫਿਰ ਇੱਦਾਂ ਦੇ ਬੰਦਿਆਂ ਨੂੰ ਪਕੜ ਦੇ ਵਿੱਚ ਲਿਆਉਣਾ ਸੌਖਾ ਹੋ ਜੂ। ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ? ਪੰਜਾਬ ਦੀ ਸਰਕਾਰ ਨੇ ਹੁਣ ISI ਵਿਦੇਸ਼ੀ ਅੱਤਵਾਦੀ ਸਾਈਬਰ ਕ੍ਰਾਈਮ ਦੇ ਖਤਰੇ ਦੇ ਨਾਲ ਨਿਬੜਨ ਦੇ ਲਈ ਇੱਕ ਬਹੁਤ ਵੱਡਾ ਪਲੈਨ ਤਿਆਰ ਕੀਤਾ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਆਪਾਂ ਸਾਈਬਰ ਕ੍ਰਾਈਮ ਸੈੱਲ ਨੂੰ ਮਜ਼ਬੂਤ ਕਰਨਾ, ਤੇ ਸਾਈਬਰ ਕ੍ਰਾਈਮ ਸੈੱਲ ਜਿਹੜਾ ਉਹ ਬੈਂਕਿੰਗ ਨਾਲ ਜੁੜੇ ਫਰੋਡ ਦੇਖਦਾ, ਸੋਸ਼ਲ ਮੀਡੀਆ ਦੇ ਰਾਹੀਂ ਉਹ ਫਰੋਡ ਵੇਖਦਾ, ਹੋਰ ਕਈ ਕੁਝ ਵੇਖਦਾ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਕੀਤਾ ਕੀ ਗਿਆ,
ਸਾਈਬਰ ਸੈੱਲ ਦੇ ਵਿੱਚ ਕੋਈ ਨਵੀਆਂ ਭਰਤੀਆਂ ਨਹੀਂ ਕੀਤੀਆਂ ਗਈਆਂ। ਪੰਜਾਬ ਪੁਲਿਸ ਵਿੱਚ ਪਹਿਲਾਂ ਤੋਂ ਕੰਮ ਕਰਦੇ ਜਿਹੜੇ ਕੁਝ ਇੱਕ ਨੌਜਵਾਨ ਨੇ, ਕੁਝ ਇੱਕ ਲੋਕ ਨੇ ਜਿਹਨਾਂ ਨੂੰ ਕੰਪਿਊਟਰ ਦੇ ਵਿੱਚ ਮਹਾਰਤ ਹੈ, ਜਿਹੜੇ ਕੰਮ ਕਰਨਾ ਚਾਹੁੰਦੇ ਆ, ਜਿਹਨਾਂ ਨੂੰ ਕੰਪਿਊਟਰ ਸਿਸਟਮ ਦੀ ਮੁੱਢਲੀ ਜਾਣਕਾਰੀ ਵੀ ਹੈਗੀ ਹੈ, ਉਹਨਾਂ ਨੂੰ ਫਿਰ ਸਾਈਬਰ ਸੈੱਲ ਦੇ ਵਿੱਚ ਲਿਆ ਕੇ ਅਸਲ ਕਹਾਣੀਆਂ ਜਿਹੜੀਆਂ ਉਹ ਹੁਣ ਕਹਿੰਦੇ ਸ਼ੁਰੂ ਕੀਤੀਆਂ ਜਾਣੀਆਂ। ਉੱਥੋਂ ਫਿਰ ਸਭ ਕੁਝ ਟਰੇਸ ਹੋਇਆ ਕਰੂਗਾ, ਉੱਥੋਂ ਹੀ ਸਬੂਤ ਜਿਹੜੇ ਪੈਦਾ ਹੋਇਆ ਕਰਨਗੇ, ਬਾਕੀ ਗੱਲ ਅੱਗੇ ਨੂੰ ਚਲੇ ਜੂ। ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜਿਹੜੇ ਪੁਲਿਸ ਕਰਮਚਾਰੀਆਂ ਨੂੰ ਸਾਈਬਰ ਸੈੱਲ ਦੇ ਵਿੱਚ ਨਿਯੁਕਤੀ ਦਿੱਤੀ ਗਈ ਹੈ, ਉਹਨਾਂ ਸਾਰਿਆਂ ਦਾ ਪਹਿਲਾਂ ਇੱਕ ਟੈਸਟ ਜਿਹੜਾ ਲਿਆ ਗਿਆ, ਉਹਦੇ ਬਾਅਦ ਇੰਟਰਵਿਊ ਹੋਈ, ਫਿਰ ਕਿਤੇ ਜਾ ਕੇ ਜਿਹੜਾ ਉਹ ਮਸਲਾ ਗਿਆ। ਹਰ ਜ਼ਿਲ੍ਹੇ ਦੇ ਵਿੱਚੋਂ 200 ਇੱਛਾ ਰੱਖਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਚੁਣਿਆ ਗਿਆ, 90 ਸ਼ਾਰਟਲਿਸਟ ਕੀਤੇ ਗਏ ਤੇ ਹੁਣ ਉਹਨਾਂ 90 ਦੀਆਂ ਡਿਊਟੀਆਂ ਜਿਹੜੀਆਂ ਉਹ ਲੱਗ ਗਈਆਂ। 38 ਜਿਹੜੇ ਸਬ ਇੰਸਪੈਕਟਰ ਨੇ ਸੁਖਨੈਪ ਜੀ, ਉਹਨਾਂ ਦੀ ਟ੍ਰੇਨਿੰਗ ਚੱਲ ਰਹੀ ਹੈ ਤੇ ਟ੍ਰੇਨਿੰਗ ਇਸੇ ਹਿਸਾਬ ਕਿਤਾਬ ਦੇ ਨਾਲ ਦਿੱਤੀ ਜਾ ਰਹੀ ਹੈ, ਜਿਹਦੇ ਨਾਲ ਕਿ ਉਹ ਸਾਰੇ ਤਰ੍ਹਾਂ ਤੋਂ ਸੰਪੂਰਨ ਹੋਣ, ਭੜਕ ਨੂੰ ਇਹ ਗੱਲ ਆਵੇ ਕਿ ਭਾਈ ਮੈਨੂੰ ਆਹ ਨਹੀਂ ਆ ਰਿਹਾ ਤੇ ਉਹ ਨਹੀਂ ਆ ਰਿਹਾ। ਤੇ ਹੁਣ ਵੇਖਦੇ ਹਾਂ ਕਿ ਜਦੋਂ ਸਾਈਬਰ ਸੈੱਲ ਦਾ ਅਗਲਾ ਹੈੱਡਕੁਆਟਰ ਮੋਹਾਲੀ ਦੇ ਵਿੱਚ ਬਣਾਉਣ ਦੀ ਤਿਆਰੀ ਹੈ, ਪੁਲਿਸ ਦੇ ਕਰਮਚਾਰੀਆਂ ਨੂੰ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਜਿਹੜੀ ਉਹ ਇਸ ਮੁੱਦੇ ਤੇ ਮੁਸ਼ਕਲ ਆਉਂਦੀ ਸੀ, ਉਹ ਸਾਰੀਆਂ ਚੀਜ਼ਾਂ ਹੁਣ ਦੂਰ ਹੋਣਗੀਆਂ। ਤੇ ਵੇਖਦੇ ਹਾਂ ਕਿ ਜਦੋਂ ਪੰਜਾਬ ਦੇ ਵੱਖ ਵੱਖ ਸਬ ਡਿਵੀਜ਼ਨਲ ਹੈੱਡਕੁਆਟਰਾਂ ਦੇ ਉੱਤੇ ਇਹ ਸੈੱਲ ਜਿਹੜੇ ਖੁੱਲਣਗੇ, ਉਹਦੇ ਵਿੱਚ ਇੱਕ ਇੱਕ ਬੰਦਾ ਬਿਠਾਤਾ ਜਾਊਗਾ, ਤਾਂ ਜਿਹਦੇ ਨਾਲ ਕਿਤੇ ਜਿਹੜੇ ਕ੍ਰਾਈਮ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਟਰੇਸ ਕਰਕੇ ਕਾਬੂ ਕਰਨਾ ਜਿਹੜਾ ਸੁਖਨੈਪ ਜੀ ਪਹਿਲਾਂ ਨਾਲ ਔਖਾ ਹੋਏਗਾ। ਬਾਕੀ ਦੇਖਦੇ ਹਾਂ ਕਿ ਯੋਜਨਾ ਬਣੀ ਹੈ, ਕੰਮ ਸ਼ੁਰੂ ਹੋ ਗਿਆ, ਅਪਲਾਈ ਜਿਹੜੀ ਹੈ ਉਹ ਕਿੰਨੇ ਕੁ ਚੰਗੇ ਤਰੀਕੇ ਹੁੰਦੀ ਹੈ ਜੀ। ਵਟਸਐਪ ਇੱਕ ਬ੍ਰੇਕ ਲੈ ਲਈਏ ਜੀ, ਫਿਰ ਆਪਾਂ ਅਗਲੀ ਗੱਲਬਾਤ ਕਰਦੇ ਹਾਂ ਜੀ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਪਾਂ ਸਾਰੀ ਗੱਲਬਾਤ ਕਰੀਏ। ਤੇ ਹੁਣ ਕੋਈ ਵੀ ਸਰੋਤਾ ਸੱਜਣ ਚਾਹੇ ਤਾਂ ਸਾਡੇ ਨਾਲ ਕਾਲ ਕਰ ਸਕਦਾ ਤੇ ਕੁਛ ਖਬਰਾਂ ਜਿਹੜੀਆਂ ਅਸੀਂ ਉਹਨਾਂ ਤੇ ਵੀ ਧਿਆਨ ਕੇਂਦਰਿਤ ਕਰਨ ਜਾ ਰਹੇ ਹਾਂ। ਬਾਰ ਸਾਹਿਬ, ਇੱਕ ਬੜੀ ਵੱਡੀ ਖਬਰ ਹੈ ਔਰ ਬੜੀ ਚੰਗੀ ਖਬਰ ਹੈ, ਕਿਉਂਕਿ ਪੰਜਾਬ ਦੀ ਮੋਗੇ ਦੀ ਕੁੜੀ ਹਰਮਨਪ੍ਰੀਤ, ਉਸਨੇ T20 ਵਰਲਡ ਕੱਪ ਜਿਹੜਾ ਲੇਡੀਜ਼ ਦਾ ਹੋ ਰਿਹਾ ਸੀ, ਔਰਤਾਂ ਦਾ ਹੋ ਰਿਹਾ ਸੀ, ਉਹਦੇ ਚ ਪਹਿਲੇ ਮੈਚ ਚ ਬੱਲੇ ਬੱਲੇ ਕਰਾਤੀ। ਸੁਖਨੈਪ ਜੀ, ਘਰ ਦੇ ਭਾਗ ਡਿਊਟੀ ਤੋਂ ਪਤਾ ਲੱਗ ਜਾਂਦੇ ਕਿ ਭਾਈ ਕੀ ਹੋਣ ਵਾਲਾ ਜੀ। ਅੱਜ ਵਿਸ਼ਵ ਕੱਪ ਦੇ ਵਿੱਚ ਭਾਰਤ ਦਾ ਪਹਿਲਾ ਮੈਚ ਸੀ ਤੇ ਮੈਚ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਦੇ ਨਾਲ ਸੀ ਤੇ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਦੀ ਜਿਹੜੀ ਟੀਮ ਹੈ ਉਹ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਆ, ਬਹੁਤ ਮਹੱਤਵਪੂਰਨ ਹੈ, ਕਿਉਂਕਿ ਉਹ ਕਿਸੇ ਵੀ ਵੇਲੇ ਕੁਝ ਵੀ ਕਰਨ ਦੀ ਸਮਰੱਥਾ ਜਿਹੜੀ ਹੈ ਉਹ ਰੱਖਦੀਆਂ ਜੀ। ਤੇ ਉਸ ਮੈਚ ਦਾ ਜ਼ਿਕਰ ਮੈਂ ਕਰਾਂ, ਇਹਦੇ ਤੋਂ ਪਹਿਲਾਂ ਮੈਂ ਇਹ ਦੱਸਿਆ ਕਿ ਬੀਤੇ ਕੱਲ ਇੱਕ ਮੈਚ ਹੋਇਆ, ਅਭਿਆਸ ਮੈਚ ਜਿਹਨੂੰ ਕਹਿੰਦੇ ਇੰਗਲੈਂਡ ਦੇ ਨਾਲ ਜੀ। ਹਰਮਨਪ੍ਰੀਤ ਨੇ ਉਸ ਅਭਿਆਸ ਮੈਚ ਦੇ ਵਿੱਚ ਹੀ ਦੱਸ ਦਿੱਤਾ ਸੀ ਕਿ ਭਾਈ ਉਹ ਜਦੋਂ ਆਪਣੇ ਪਿੰਡੋਂ ਤੁਰੀ ਸੀ ਨਾ ਤਾਂ ਉਹਦੇ ਮਨ ਦੇ ਵਿੱਚ ਕੁਝ ਹੋਰ ਹੀ ਸੀ ਕਿ ਭਾਈ ਐਤਕੀ ਮੈਂ ਵਿਰੋਧੀ ਗੇਂਦਬਾਜ਼ਾਂ ਦਾ ਖਲਾਰਾ ਪੂਰਾ ਪਾਉਣਾ ਜੀ। ਤੇ ਉਹਦੇ ਵਿੱਚ 32 ਗੇਂਦਾਂ ਦੇ ਵਿੱਚ ਜਦੋਂ 64 ਦੌੜਾਂ ਬਣਾਈਆਂ ਹਰਮਨਪ੍ਰੀਤ ਨੇ ਤੇ ਉਦੋਂ ਹੀ ਸਪਸ਼ਟ ਹੋ ਗਿਆ ਸੀ ਕਿ ਭਾਈ ਇਸ ਵਿਸ਼ਵ ਕੱਪ ਦੇ ਵਿੱਚ ਉਹਨੂੰ ਰੋਕਣਾ ਜਿਹੜਾ ਉਹ ਖਾਲਾ ਜੀ ਦਾ ਵਾੜਾ ਨਹੀਂ ਹੋਣਾ। ਹਾਲਾਂਕਿ ਜਦੋਂ ਉਹ ਖੇਡਣ ਦੇ ਲਈ ਮੈਦਾਨ ਦੇ ਵਿੱਚ ਆਈ ਸੀ ਤਾਂ ਉਦੋਂ ਭਾਰਤ ਦੀਆਂ ਜਿਹੜੀਆਂ 5 ਵਿਕਟਾਂ ਗੁਆ ਚੁੱਕੀ ਸੀ ਭਾਰਤੀ ਟੀਮ 70 ਦੌੜਾਂ ਦੇ ਉੱਤੇ ਜੱਦੋਜਹਿਦ ਕਰਦੀ ਸੀ, ਫਿਰ ਹਰਮਨਪ੍ਰੀਤ ਨੇ 6 ਚੌਕੇ ਤੇ 3 ਛੱਕੇ ਮਾਰ ਕੇ 32 ਗੇਂਦਾਂ ਦੇ ਵਿੱਚ 64 ਦੌੜਾਂ ਬਣਾਈਆਂ ਤੇ ਭਾਰਤ ਦਾ ਸਕੋਰ ਜਿਹੜਾ ਉਹ ਸਨਮਾਨਜਨਕ ਕਰ ਦਿੱਤਾ ਸੀ ਤੇ ਫਿਰ ਇੰਗਲੈਂਡ ਨੂੰ ਹਰਾਇਆ ਵੀ। ਤੇ ਦੂਸਰੇ ਪਾਸੇ ਅੱਜ ਜਦੋਂ ਖੇਡ ਸ਼ੁਰੂ ਹੋਈ ਨਿਊਜ਼ੀਲੈਂਡ ਦੀ ਟੀਮ ਜਿਹੜੀ ਹੈ ਉਹਦੇ ਖਿਲਾਫ਼ ਭਾਰਤ ਨੇ ਟਾਸ ਦਿੱਤਿਆ, ਮੈਚ ਅਜੇ ਖਤਮ ਨਹੀਂ ਹੋਇਆ, ਮੈਂ ਇਹ ਗੱਲ ਦੱਸਦਾ। ਤੇ ਜਦੋਂ ਟਾਸ ਜਿੱਤਿਆ ਤੇ ਭਾਰਤ ਨੇ ਫਿਰ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤਾਂ ਫਿਰ ਬੀਬੀ ਨੇ ਤਾਂ ਸਾਡੀਆਂ ਕਮਾਲਾਂ ਹੀ ਕਰ ਦਿੱਤੀਆਂ ਭਾਈ। ਉਹਦੇ ਵਿੱਚ 4 ਵਿਕਟਾਂ ਗੁਆ ਕੇ 20 ਓਵਰਾਂ ਦੇ ਵਿੱਚ ਭਾਰਤ ਨੇ 195 ਦੌੜਾਂ ਬਣਾਈਆਂ ਤੇ ਹਰਮਨਪ੍ਰੀਤ ਨੇ T20 ਵਿਸ਼ਵ ਕੱਪ ਦੇ ਪਹਿਲੇ ਮੈਚ ਦੇ ਵਿੱਚ ਰਿਕਾਰਡ ਕਾਇਮ ਕਰ ਦਿੱਤਾ, 51 ਗੇਂਦਾਂ ਦੇ ਵਿੱਚ 103 ਦੌੜਾਂ ਬਣਾਈਆਂ, 8 ਛੱਕੇ ਤੇ 7 ਚੌਕੇ। ਤੁਸੀਂ ਹਿਸਾਬ ਕਿਤਾਬ ਲਾ ਲਓ ਕਿ ਗੇਂਦ ਫਿਰ ਹਵਾ ਚ ਹੀ ਰਹੀ ਹੋਣੀ ਜੀ। ਹੁਣ 195 ਦੌੜਾਂ ਦੇ ਵਿੱਚੋਂ 103 ਦੌੜਾਂ ਇਸ ਪੰਜਾਬਣ ਮੁਟਿਆਰ ਦੀਆਂ ਨੇ ਤੇ ਫਿਰ ਐਵਰੇਜ ਵੀ ਦੇਖੋ 200 ਤੋਂ ਉੱਪਰ ਦੀ ਗਈ ਕਿ ਇੱਕ ਗੇਂਦ ਦੇ ਉੱਤੇ 2 ਤੋਂ ਵੱਧ ਦੌੜਾਂ ਬਣਾਉਣ ਦੀ ਔਸਤ ਜਿਹੜੀ ਆ ਰੱਖੀ। ਹਾਲਾਂਕਿ ਭਾਰਤੀ ਟੀਮ ਜਿਹੜੀ ਹੈ ਇੱਕ ਸਮਾਂ ਇਦਾਂ ਦਾ ਆਇਆ ਸੀ ਜਦੋਂ ਬੁਰੀ ਤਰੀਕੇ ਨਾਲ ਲੜਖੜਾ ਗਈ ਸੀ, ਪਰ ਜਦੋਂ ਅੱਧ ਦੇ ਵਿੱਚ ਆ ਕੇ ਹਰਮਨਪ੍ਰੀਤ ਨੇ ਫਿਰ ਟੀਮ ਨੂੰ ਸਾਂਭਿਆ ਤੇ ਉਸ ਵੇਲੇ ਫਿਰ ਆ ਕੇ ਕਮਾਲਾਂ ਕਰ ਦਿੱਤੀਆਂ। ਉਮੀਦ ਇਹ ਕਰਨੀ ਚਾਹੀਦੀ ਹੈ ਕਿ ਭਾਰਤ ਦੀ ਟੀਮ ਅੱਜ ਜਿੱਤੇਗੀ ਵੀ, ਕਿਉਂਕਿ ਨਿਊਜ਼ੀਲੈਂਡ ਦੀ ਟੀਮ ਅਜੇ ਖੇਡ ਰਹੀ ਹੈ, ਮੈਚ ਦਾ ਨਤੀਜਾ ਕੁਝ ਵੀ ਹੋ ਸਕਦਾ ਤੇ ਹੁਣ ਇਹਦੇ ਤੋਂ ਬਾਅਦ
अगले मैचों के हरमनप्रीत का प्रदर्शन किहोजा जा रहा वह भी एक वक्री गल होगी। बाकी टी ट्वेंटी औरतों का जदों का विश्व कप शुरू होया अज तक किसी भी भारतीय बल्लेबाज तो किसी बीबी तो मुटियार तो सैकड़ा नहीं लगा तो हरमनप्रीत ने पहले मैच के अपने झंडे जड़े गड़ दते हैं जी। ते हुण कोई भी स्रोता सदन चाहे साडे नाल कॉल करके जुड़ सकदा जी, क्योंकि अज 5-10 मिनट असीं तुहाडे वास्ते रखवे रखे ने वट्सएप दी गल कराउण दे वास्ते। हफ्ते दा आखरी दिन है ते इधरों जे आपां गल करिए जी, कहिंदे बेअदबियां चों किवें निकलिया बादलां दा अकाली दल चों बेअदबी दा राह जी। सुखनाथ जी, मैं जद तक कोई कॉलर अपने नाल नहीं आउंदे मैं इह गल अज स्पष्ट कर दिया कि अज ना एक बयान दर्ज हुए ने जी बेअदबी मामले ते गोली कांड दे विच, उह हुए आ अकाली दल दे साबका विधायक मनतार सिंह बराड़ दे जी जी। ते मनतार सिंह बराड़ जदों एसआईटी दे कोल गए जाके डीएसपी बलजीत सिंह होरां दे सामने बयान दर्ज करवाए ते बाद विच पत्रकारां दे सामने भी दावा कीता, कहिंदे जी देखो गल इह है कि कोटकपुरे दे विच जो कुछ घटिया वापरिया सी जां बैतल कलां दे विच जो कुछ होया उत्थे पुलिस ने जिहड़ी कार्रवाई की है ना वह बिल्कुल जायज की, यानी वह जिहड़ी डांग फिरी जिहड़े वह पानी सुट्टे गए संगत ते जिहड़ी गोली चली, अज अकाली दल दे साबका विधायक ने जिहड़ा जिहड़े उस वेले दे एमएलए सी उन्होंने जायज कर दिता। वह कहिंदे जी बादल साहब नाल भी जदों गल हुई सी ना अद्धी रात तक बादल साहब तां कहिंदे सी काका जी मैं जिन्नी वारी भी मुख्यमंत्री बनिया मैं कदे गोली दा जां किसे होर चीज दा हुक्म नहीं दिंदा, आपां शांतिपूर्वक हल करवाउणा। वह कहते असं भी अगर पुलिस अधिकारियों ने कुछ दसिया, वह तो कहते मौके से प्रशासन ने लिखा कि कुछ शरारती अंसर जोड़े है माहौल में खराब करते पुलिस के उत्ते हमला करते, इस करके पुलिस को कार्रवाई करनी पई तो पुलिस ने उस मौके के उत्ते जो कुछ किया बिल्कुल उन्होंने जायज जोड़ा करार देता। हालांकि नवजोत सिंह सिद्धू होर ने कुछ एक वीडियो जारी कीतियां सी पिछले समय च जो कहते कि कोटकपुरे के जोड़ा धरना लगा उस धरने तो पहला कोई हिंसा नहीं सी हुई तो पुलिस ने पिछों आए हुक्म के मुताबिक अचानक ही गोली चला दी सी जिद विच दो सिख नौजवान जिहड़े वो गोली का शिकार हुए थे। हुण वेखदे हां कि मनतार सिंह बराड़ होर आए अज पत्रकारों के सामने आख्या बहुत कुछ है, उन्होंने तो इतों तक भी आख दिता सी, वो कहिंदे जी कोई आके इत्थे तुहाडे ते हमला कर दूगा तुसीं बापू नूं पुछण थोड़ी जावांगे कि बापू जी असीं की करिए, इस करके कहिंदे प्रशासन ने जो कुछ उसने ठीक समझिया कर दिता। मैनूं लगदा कि मनतार सिंह बराड़ साबका एमएलए अकाली दल के आगू दे इस बयान दे उत्ते हुण तकड़ी ते तिखी प्रतिक्रिया जिहड़ी आ सकती है जी, बिना शक आ सकदी है वट्सएप, क्योंकि इह काफी गंभीर गल्लो कह गए ने, बेशक हल्के च कह के गए हुण ते इधर एक स्रोते ने साडे नाल इह की कहना चाहुंदे जानदे हां जी। हां जी स्वागत सज्जन जी, हलो सति श्री अकाल जी, हलो दबके मर के बिठा दता कहिंदा चुप कर शटर जी, इत्थे भी ओह कुछ चलता जो बादल नहीं चला, ट्रंप ओह कुछ चला रहा जी, इत्थे भी दुनिया के किसी भी खिते दुनिया के किसी भी हिस्से जे यह सारा कुछ जो वापर रहा जी माड़ा, क्योंकि जे तुसी सही जवाब नहीं दिंदे अपने को केस हल कराउण दे लई जिहड़ा ओ धक्का करन दा यतन कर रहे हो तो यह सारा कुछ सची मुची बहुत खतरनाक है। बाकी मैनू नहीं पता क्योंकि असं उस देश के गए नहीं सुनाया जी, तुम तो उत्थे घूम फिर के आए हो या उत्थे दे बछिंदिया नूं जिहड़ा वध पता, पर यह गल पक्की है कि दुनिया भर के अजकल जिहड़े उत्थों के सरदार ने उन्हां दी भी आलोचना काफी हो रही है। बाकी यह सारी घटनाक्रम के पिछे हुण अमरीकी लोगों की प्रतिक्रिया की है वो उत्ते सब कुछ निर्भर करेगा। वैसे उन्होंने वोटां च पिछले दिनों विखा था कि भाई अभी किन्ने कु खुश हाँ तो किन्ने कु नाराज हाँ जी। वट साहब उधरों जे देखिए ਜਿਹੜੇ ਡਾਕਟਰ ਦਲਜੀਤ ਸਿੰਘ ਚੀਮਾ ਹੋ ਰਿਹਾ ਇਹ ਹੁਣ ਸ਼ੇਰ ਸਿੰਘ ਘਵਾਇਆ ਹੋਰਾਂ ਨੂੰ ਸਲਾਹਾਂ ਦੇਈ ਜਾਂਦੇ ਕਿ ਫਿਲਮ ਜੀ ਆਈ ਸੀ ਜਦੋਂ ਤੇਰੀ ਉਦੋਂ ਤਾਂ ਤੂੰ ਚੁੱਪ ਕਰ ਗਿਆ ਸੀ, ਹੁਣ ਕਹਿੰਦੇ ਤੂੰ ਬੋਲਦਾ ਤੇ ਫਿਰ ਜੇ ਬੋਲਣਾ ਹੀ ਆ ਤਾਂ ਫਿਰ ਅਸਤੀਫਾ ਦੇ ਕੇ ਬੋਲਗਾ ਅਕਾਲੀ ਦਲ ਦੀ ਸੀਟ ਛੱਡ ਦੇ। ਦੇਖੋ ਸੁਖਨੈਬ ਜੀ ਹੁਣ ਨਾ ਇਹ ਬੋਲ ਬਰਾਲੇ ਜਿਹੜੇ ਆ ਬਹੁਤ ਉੱਪਰ ਤੱਕ ਜਾਣੇ ਆ, ਕਿਉਂਕਿ ਘਵਾਇਆ ਸਾਹਿਬ ਪਹਿਲਾਂ ਚੁੱਪ ਇਸ ਕਰਕੇ ਬੈਠੇ ਸੀ ਕਿ ਐਮ ਪੀ ਬਣੇ ਹੋਏ ਆ ਬੜੇ ਵਧੀਆ,
की लोड है जान की ती लोड है आन की करोड़ा रुपया भी लोगों बंदन मिलता तनखाह पेंशन बथेरिया सुभाया साहब भी चुप करके बैठे थे अकाली दल भी घेसल जी मार के बैठा रहा तो भाई भगत जे तो गलबात हो गई अगला सीट छड के चले गया जिमें चो लड़नी पैनी है मुड़के की पता खौरे जित हो या ना हो इस करके धिर जड़िया इस मसले दोवे कहानियां से पर हम पिछले दिनों शेर सिंह घुबाया हो रहा ने कहा कि मैं सुखबीर सिंह बादल प्रधान नहीं मानता मैं बिल्कुल उनकी प्रधानगी नहीं कबूलता उन्होंने इतने तक कहता से वो कहते कि पाई जलालाबाद से लंबी वाली सीट से ना इन्होंने सैटिंग की थी यह लंबी वाली जलालाबाद वाली सीट के उत्ते सैटिंग करके जितते हैं नहीं तो लोग कितने जिताते थे इन्होंने यह अब तक सीधे तौर पर दोष नहीं कभी लाया वो कहते मैं अकाली दल टिकट दे दे पर जो सुखबीर बादल प्रधान है तो मैं टिकट भी छड़ दूंगा मैं लड़ू नहीं होगा मैं उस बंद प्रधान मानता ही नहीं हूं जो वो सीधे तौर पर सुखबीर सिंह साहब के उत्ते इल्जाम लाने लगता है तो उसके बाद डॉक्टर बलजीत सिंह चीमा सामने आए वो कहते जे साडी पार्टी के प्रधान तो इन्नी एलर्जी आ शेर सिंह घुबाया अपनी सीट ही छड़ दे पार्टी कर दे की साडा प्रधान तो सुखबीर सिंह बादल ही रहू आप छड़ के पाई चले जा मैंने पता लग जू कि पाई जो सीट छड़ के दोबारा लड़नी पैंती है तो जित हो जी बिल्कुल जी हालांकि उन्होंने भी गल जी अपने आप कही थी कि भाई तुम भी कई तरह के मसलों के घिरे हुए हो तो उन्होंने मसलों के पहला आप बह रहो सो देखते हैं आने वाले दिनों सारा मसला किधर जाता पर एक पास हम ग्रंथरा साहब खिजे फिरते हैं दूजे पास हम हथियार जोड़े शेर सिंह घुबाया ने भी चुक लिया दोवें एम पी लगता कि तंग अकाली दल करे जरूर जी कालर ने वट्सएप अपने नाल आपां दा भी सवाल लिया हाँ जी स्वागत हाँ जी भाई सत श्री अकाल जी सत श्री अकाल जी हाँ जी उपकार सिंह बोल रहे जी भाई जी हाँ जी भाई ऐं पुछना सीगा जी मैं कोई इतों प्रतिक्रिया आई जी चटाला साहब के परिवार का जरा आपस में रौला पी जाता सीगा दस्यो वट्सएप कोई अपडेट है जी बिल्कुल सुखनैब जी देखो वो रौला हुण हटना नहीं वो रौला वधना पहली बार चटाला परिवार जिहड़ा है उन्हें अड्डो अड्ड होकर दिवाली मनाई है ते एक दूजे नू दिवाली की मुबारक भी नहीं दिती ये भी पहली बार होया कि एक भरा जिहड़ा जेल दे विच्चों आया होवे भावें परोल दे उत्ते ही आया पर दूसरे भरा ने उन्हूं अजे तक यह नहीं कहा कि भाई तू चंगा आया सफर चंगा लगा और जिहड़े जेबीटी वाले आपां बंदे मुंते भर्ती कीते सी उन्हां दे करके जिहड़ा हुण फल मिलदा उत्थे कोई दिक्कत है नहीं सेवा सूवा अगले चंगा करदे बिल्कुल इदां दी गल हाँ कि इत्थों तक गल है 17 तरीक नूं मैनूं लगदा नवीं पार्टी बन जाणी है क्योंकि 17 तरीक नूं उह जिहड़े दुष्यंत ते दिग्विजय चटाला दोवें भरा ने ओम प्रकाश चटाला के पोते आ उन्होंने एक बहुत वड्डी रैली रखी हुई तो उस रैली के विच हुण इह गल पक्की हो गई है क्योंकि उन्होंने बापू ने भी कहता कि हाथ इत्थे खोणे पैंदे आ ते बापू की भी पार्टी नहीं हैगी पार्टी साडी है कम कितें होर पासे नूं चले जाणा जी ते वट साहब बहुत धन्नवाद तुसीं इह खबरां दी गल कर रहे हो ते नाल नाल एक गल होर असी करिए कि हुण खेडां दे मामले दे विच साडी वल्ले वल्ले हो रही है पर दूसरे पासे जे सियासत दे विच जिहड़ियां नवीं खेडां खेडियां जा रहियां इधर कुछ नहीं वटिया जा रहा अकाली दल का जो हरसिमरत कौर बादल होर भी यह कहना पैजे कि अकाली दल के भीड़ पई हुई है तो हुण ओह लोग रंग वटा गए ने कहिंदे जिहड़े 10 साल साडी सत्ता का निगमान दे रहे ते ओह मर्यादा दे विच रहण बीबा जी होरे अज मानसा जिले च गए सी तैयारी तो अगलिया वोटां की करते पर मैं लगता नव जटोन के जतन के वजह उन्होंने यहोजी स्टेटमेंट दी है उस इकट्ठ च जाके जी देखो सुखनैब जी अकाली दल के उत्ते कोई हनेरी नहीं कोई बंदा छड के नहीं जा रहा मसला सिर्फ से सिर्फ इना कि दो चार सवाल ने उन्हां सवालों के जवाब मिलने चाहिए हुण तुहाडे अपने बंदे ने तुसीं टिकटां दित्तियां तुहाडियां टिकटां दित्तियां तो कोई एम पी बन गया कोई हर गया तुसीं कुछ देख के टिकटां दित्तियां होणगियां ਜਿਹੜੇ ਬੰਦੇ ਤੁਸੀਂ ਕੋਰ ਕਮੇਟੀ ਦੇ ਮੈਂਬਰ ਬਣਾਏ ਉਹ ਬੰਦੇ ਕੋਰ ਕਮੇਟੀ ਦੇ ਜੇ ਮੈਂਬਰ ਬਣੇ ਆ ਉਹ ਕਿਸੇ ਗੱਲ ਨਾਲ ਬਣੇ ਹੋਣੇ ਆ ਜੇ ਉਹ ਅੱਜ ਕਹਿੰਦੇ ਆ ਕਿ ਭਾਈ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਜੇ ਉਹ ਕਹਿੰਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਐਕਟ ਦੇ ਮੁਤਾਬਕ ਚੱਲਣੀ ਚਾਹੀਦੀ ਆ ਨਹੀਂ ਚੰਗੀ ਤਰ੍ਹਾਂ ਚੱਲ ਰਹੀ ਜੇ ਉਹ ਕਹਿੰਦੇ ਆ ਕਿ ਭਾਈ ਸਾਨੂੰ ਪਾਰਟੀ ਪ੍ਰਧਾਨ ਦੀਆਂ ਇਹਨਾਂ ਇਹਨਾਂ ਸਰਗਰਮੀਆਂ ਤੇ ਇਹਨਾਂ ਫੈਸਲਿਆਂ ਦੇ ਉੱਤੇ ਇਤਰਾਜ਼ ਆ ਤੁਸੀਂ ਉਹਨਾਂ ਸਵਾਲਾਂ ਦਾ ਉੱਤਰ ਦਿਓ ਜਾਂ ਜਿਹੜਾ ਵੀ ਬੰਦਾ ਡਿਜ਼ਰਵ ਕਰਦਾ ਜਿਹੜਾ ਵੀ ਬੰਦਾ ਤੁਹਾਨੂੰ ਲੱਗਦਾ ਕਿ ਭਾਈ ਉਹਨਾਂ ਦਾ ਸਵਾਲਾਂ ਦਾ ਉੱਤਰ ਦੇਣ ਦੇ ਲਈ ਆਥੋਰਾਈਜ਼ਡ ਹੈ ਉਹ ਬੰਦਾ ਉਹਨਾਂ ਸਵਾਲਾਂ ਦਾ ਉੱਤਰ ਦੇਵੇ ਕਿਉਂਕਿ ਜੇ ਆਪਾਂ ਸਵਾਲਾਂ ਨੂੰ ਪਰੇ ਕਰਕੇ ਕਹੀ ਜਾਵਾਂਗੇ ਪਾਰਟੀ ਨੂੰ ਤੁਹਾਨੂੰ ਸਭ ਕੁਝ ਦਿੱਤਾ ਪਾਰਟੀ ਨੂੰ ਤੁਹਾਨੂੰ ਸਭ ਕੁਝ ਦਿੱਤਾ ਠੀਕ ਹੈ ਅਗਲੇ ਕਹਿੰਦੇ ਆ ਕਿ ਪਾਰਟੀ ਨੇ ਸਾਨੂੰ ਬਹੁਤ ਕੁਝ ਦਿੱਤਾ ਪਰ ਅਸੀਂ ਪਾਰਟੀ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋ ਕੁਝ ਹੋਇਆ ਅਸੀਂ ਉਸ ਮੁੱਦੇ ਦੇ ਉੱਤੇ ਫਿਰ ਪਾਰਟੀ ਤੱਕ ਨੂੰ ਵੀ ਕੁਰਬਾਨ ਕਰਦੇ ਹਾਂ
ਇਸ ਕਰਕੇ ਠੀਕ ਹੈ ਬੀਬਾ ਜੀ ਨੇ ਬਠਿੰਡੇ ਚੋਂ ਚੋਣ ਲੜਨੀ ਆ, ਨਬਜ਼ ਚੋਣੀ ਉਹਨਾਂ ਦਾ ਫਰਜ਼ ਵੀ ਹੈ ਅਧਿਕਾਰ ਵੀ ਹੈ, ਤੁਸੀਂ ਨਬਜ਼ ਦੇਵੋ। ਜੇ ਤੁਸੀਂ ਕੇਂਦਰੀ ਕੈਬਨਿਟ ਮੰਤਰੀ ਦੇ ਤੌਰ ਤੇ ਚੰਗੇ ਕੰਮ ਕੀਤੇ ਹੋਣਗੇ ਲੋਕ ਵੋਟਾਂ ਪਾਉਣਗੇ। ਜਿਹੜੀ ਪਾਰਟੀ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਜੇ ਉਸ ਪਾਰਟੀ ਨੇ ਹਰ ਇੱਕ ਕੰਮ ਠੀਕ ਕੀਤਾ ਹੋਏਗਾ, ਲੋਕ ਪੱਖ ਚ ਕੀਤਾ ਹੋਏਗਾ, ਲੋਕ ਤੁਹਾਨੂੰ ਚੁਣਗੇ। ਤੇ ਜੇ ਸੱਚੀ ਮੁੱਚੀ ਜਿਹੜੇ ਦੋਸ਼ ਲੱਗ ਰਹੇ ਨੇ ਉਹਨਾਂ ਦੋਸ਼ਾਂ ਦੇ ਵਿੱਚ ਮਾੜੀ ਮੋਟੀ ਵੀ ਪਾਰਟੀ ਦੀ ਹਿੱਸੇਦਾਰੀ ਹੋਈ ਜਾਂ ਤੁਹਾਡੇ ਦੁਆਰਾ ਡਿਵੈਲਪਮੈਂਟ ਦੇ ਕੰਮ ਕਰਾਉਣ ਦੇ ਵਿੱਚ ਕੋਈ ਕਮੀ ਰਹਿ ਗਈ ਹੋਈ, ਤਾਂ ਇੱਥੇ ਵੱਡੇ ਵੱਡੇ ਹਰ ਜਾਂਦੇ ਆ ਬੀਬੀ ਜੀ, ਐਡੀ ਕਿਹੜੀ ਗੱਲ ਆ। ਬਿਲਕੁਲ,